ਸ਼ਾਇਦ ਵਾਹਦ ਉਹ ਚੀਜ਼ ਆ ਦੁਨੀਆ ਦੀ ਜਿਹਦਾ ਨੁਕਸਾਨ ਕੋਈ ਨਹੀਂ ਅੱਛਾ ਜੀ ਦੇਖ ਲਓ ਔਰ ਇਹ ਖਰਾਬ ਵੀ ਨਹੀਂ ਹੁੰਦਾ 200 ਸਾਲ 500 ਸਾਲ 5000 ਸਾਲ ਇਹਦੇ ਚ ਅਗਰ ਉਹ ਮੌਇਸਚਰ ਪੈਦਾ ਨਾ ਹੋਵੇ ਤੇ ਸ਼ਾਇਦ ਖਰਾਬ ਨਹੀਂ ਹੁੰਦਾ ਹੂੰ ਸ਼ਾਇਦ ਦਾ ਜ਼ਿਕਰ ਬੜੀਆਂ ਬੜੀਆਂ ਹੌਲੀ ਬੁੱਕਸ ਚ ਹੈ ਕੁਰਾਨੇ ਪਾਕ ਚ ਸ਼ਾਇਦ ਦਾ ਜ਼ਿਕਰ ਹੈ ਜੀ ਔਰ ਸ਼ਾਇਦ ਦੀ ਮੱਖੀ ਦਾ ਵੀ ਜ਼ਿਕਰ ਹੈ ਕੁਰਾਨੇ ਪਾਕ ਚ ਤੁਸੀਂ ਦੇਖੋ ਕਿ ਸ਼ਹਿਦ ਦੀ ਮੱਖੀ اور ਸ਼ਹਿਦ ਇੰਨਾ ਇੰਪੋਰਟੈਂਟ ਹੈ ਕਿ ਤੁਹਾਨੂੰ ਮੈਂ ਉਸ ਦਿਨ ਦੱਸਿਆ ਸੀ ਕਿ ਸ਼ਹਿਦ ਚੁੱਕ ਲਿਆ ਜਾਏਗਾ ਜਦੋਂ ਦੁਨੀਆ ਮੁੱਕਣ ਵਾਲੀ ਹੋਏਗੀ ਉਦੋਂ ਪਹਿਲਾਂ ਸ਼ਹਿਦ ਪਹਿਲੇ ਚੁੱਕਿਆ ਜਾਏਗਾ ਦੇਖੋ ਕਿੰਨੀ ਅਹਿਮ ਚੀਜ਼ ਹੈ ਕਿ ਇਨ੍ਹਾਂ ਮੱਖੀਆਂ ਨੂੰ ਹੀ ਚੁੱਕ ਲੈਣਾ ਕਿ ਜਿਹੜੀਆਂ ਸ਼ਹਿਦ ਬਣਾਉਂਦੀਆਂ ਹੂੰ ਤੇ ਤੁਹਾਨੂੰ ਉਸ ਦਿਨ ਦੱਸਿਆ ਸੀ ਕਿ ਇਹਦੀ ਸਾਇੰਸ ਸਾਰੀ ਪੂਰੀ ਇਹ ਸ਼ਹਿਦ ਦੀ ਮੱਖੀ ਜਿਹੜੀ ਹੈ ਇਹ ਇੰਨੀ ਮਿਹਨਤ ਕਰਦੀ ਹੈ ਤੇ ਫਿਰ ਸਾਨੂੰ ਥੋੜਾ ਥੋੜਾ ਸ਼ਹਿਦ ਇਕੱਠਾ ਕਰਕੇ ਦਿੰਦੀ ਹੈ ਇੰਨੀ ਇਹਦੀ ਛੋਟੀ ਲਾਈਫ ਹੈ ਦੇਖੋ 25 30 40 ਦਿਨ ਦੀ ਲਾਈਫ ਹੈ 4 ਤੋਂ 6 ਹਫ਼ਤੇ ਦੀ ਲਾਈਫ ਹੈ ਡਿਫਰੈਂਟ ਡਿਫਰੈਂਟ ਮੱਖੀਆਂ ਨੇ ਜਿਨ੍ਹਾਂ ਦੀ ਲਾਈਫ ਥੋੜੀ ਕੁਝ ਯੂਰਪੀਅਨ ਮੱਖੀਆਂ ਨੇ ਬੰਬਲ ਵੀ ਮੱਖੀ ਆ ਉਹਦੀ ਥੋੜੀ ਲਾਈਫ 7 ਹਫ਼ਤੇ ਹੁੰਦੀ ਹੈ ਤੇ 4 ਤੋਂ 7 8 ਹਫ਼ਤੇ ਤੱਕ ਜਿੰਦਾ ਰਹਿੰਦੀ ਤੇ ਦੇਖੋ ਸਾਨੂੰ ਕੀ ਦੇ ਜਾਂਦੀ ਕਿੰਨੀ ਮਿੱਠੀ ਚੀਜ਼ ਦੇ ਜਾਂਦੀ ਔਰ ਆਲਮੋਸਟ 80 90 ਹਜ਼ਾਰ ਮਾਈਲ ਉੱਡਦੀ ਹੈ ਇੰਨੇ ਟਾਈਮਸ ਤੇ ਫੇਰ ਜਾ ਕੇ ਸ਼ਹਿਦ ਲਿਆਦੀ ਹੈ ਥੋੜਾ 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 ਔਰ ਇਹ ਈ ਵੱਡੀ ਸਾਇੰਸ ਹੈ ਕਿ ਇਹਨੂੰ ਅਗਰ ਸ਼ਹਿਦ ਨੂੰ ਪੜਨਾ ਸ਼ੁਰੂ ਕਰ ਦੋ ਤਾਂ ਇਹਦੇ ਤੇ ਪੂਰੀ ਮਾਸਟਰ ਡਿਗਰੀ ਹੋ ਸਕਦੀ ਹੈ ਬਿਲਕੁਲ ਜੀ ਇਹਦੀਆਂ ਕਿਸਮਾਂ ਬੜੀਆਂ ਹੁੰਦੀਆਂ ਇਹਦੇ ਵਿੱਚ ਆਰਗੈਨਿਕ ਜਾਂ ਦੂਸਰੇ ਤਰ੍ਹਾਂ ਦੇ ਫਲੇਵਰਸ ਕਈ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਬਹੁਤ ਸਾਰੇ ਜਿਹੜੇ ਫਲੇਵਰ ਹੁੰਦੇ ਜਿਹੜੇ ਟਰੀ ਤੋਂ ਮੱਖੀ ਫੁੱਲ ਲੈ ਕੇ ਆਏਗੀ ਮੋਸਟਲੀ ਜਿਹੜੇ ਟਰੀ ਤੋਂ ਲੈ ਕੇ ਆਏਗੀ ਉਹ ਟਰੀ ਦੇ ਨਾਮ ਦਾ ਉਹ ਸ਼ਹਿਦ ਹੋ ਜਾਏਗਾ ਫਿਰ ਉਹਦੇ ਤੇ ਰਿਸਰਚ ਹੋਈ ਕੀ ਐ ਫਲਾਨਾ ਟਰੀ ਹੈ ਤੇ ਇਹਦੇ ਤੋਂ ਸ਼ਹਿਦ ਲੈ ਕੇ ਆਂਦਾ ਮੱਖੀ ਨੇ ਇਸ ਸ਼ਹਿਦ ਤੇ ਦੂਸਰਾ ਜਿਹੜਾ ਸ਼ਹਿਦ ਹੈ ਉਹਦੇ ਕੀ ਡਿਫਰੈਂਸ ਆ ਐਦਾ ਕੀ ਕਿਹੜੀ ਚੀਜ਼ ਤੇ ਫਾਇਦਾ ਤੇ ਐਦਾ ਕਿਹੜੀ ਚੀਜ਼ ਤੇ ਫਾਇਦਾ ਤੁਸੀਂ ਦੇਖੋ ਕਿ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਮਸ਼ਹੂਰ ਹੈ ਸ਼ਹਿਦ ਉਹ ਮਨੂਕਾ ਹਨੀਆ ਜੀ ਜੀ ਸਭ ਤੋਂ ਜ਼ਿਆਦਾ ਜਿਹੜਾ ਜਿੰਨੋਂ ਸੀ ਐਕਸਪੈਂਸਿਵ ਕਹਨੇ ਆ ਔਰ ਉਹ ਮਨੂਕਾ ਫਲਾਵਰਸ ਤੋਂ ਲੈਂਦੀਆਂ ਨੇ ਮੱਖੀਆਂ ਜਿਹੜੇ ਸਿਰਫ ਨਿਊਜ਼ੀਲੈਂਡ ਚ ਹਮ ਧੱਕ ਨਕਮੁਲਕਾ ਨਿਊਜ਼ੀਲੈਂਡ ਤੇ ਉੱਥੇ ਉਹ ਜਿਹੜੇ ਵਾਈਟ ਕਲਰ ਦੇ ਫਲਾਵਰ ਹੁੰਦੇ ਆ ਜਦੋਂ ਬਲੋਸਮ ਕਰਦੇ ਨੇ ਤੇ ਉਹਨਾਂ ਤੋਂ ਜਿਹੜਾ ਸ਼ਹਿਦ ਬਣਦਾ ਫਿਰ ਉਹਦੀ ਗ੍ਰੇਡਿੰਗ ਹੁੰਦੀ ਹੈ ਹੂੰ ਗ੍ਰੇਡ 1 ਦਾ ਸ਼ਹਿਦ ਗ੍ਰੇਡ 2 ਦਾ ਸ਼ਹਿਦ ਜਿਹੜਾ ਇੱਥੇ ਤੁਹਾਨੂੰ ਕੋਸ ਕੋਚ ਪਿਆ ਮਿਲਦਾ ਨਾ ਇਹ 2 ਗ੍ਰੇਡ ਦਾ ਸ਼ਹਿਦ ਹੈ 1 ਗ੍ਰੇਡ ਵਾਲਾ ਇਹ ਵੀ ਨਹੀਂ ਹੈਗਾ ਤੁਸੀਂ ਦੇਖੋ ਇਹਦਾ ਇੱਕ ਉਸ ਦਿਨ ਆਪਾਂ ਕਰ ਰਹੇ ਸੀ ਮਨੂਕਾ ਫੈਕਟਰ ਦੀ ਗੱਲ ਕਰ ਰਹੇ ਸੀ ਇੱਕ ਯੂਨੀਕ ਮਨੂਕਾ ਫੈਕਟਰ ਹੁੰਦਾ ਯੂ ਐਮ ਐਫ ਉਹਦੇ ਉੱਤੇ ਲਿਖਿਆ ਹੁੰਦਾ ਜਿਹਦਾ ਫੈਕਟਰ 10 ਤੋਂ ਉੱਤੇ ਉੱਤੇ ਹੋਏਗਾ ਨਾ ਉਹ ਸ਼ਾਇਦ ਖਾਨ ਵਾਲਾ ਹੋਏਗਾ ਮਨੂਕਾ ਚ ਉਹਦੇ ਜ਼ਿਆਦਾ ਫਾਇਦੇ ਨਹੀਂ ਲੇਕਿਨ ਉਹ ਵੀ ਬੀ ਗ੍ਰੇਡ ਹੋਏਗਾ ਬਿਲਕੁਲ ਮੇਰੇ ਖਿਆਲ 45 42 ਤੋਂ 45 ਡਾਲਰ ਦਾ ਮਿਲਦਾ ਹੈਗਾ ਕੋਸਕੋਚ ਮਿਲਦਾ ਹੈ வால்ਮਾਰਟ 65 ਡਾਲਰ ਦਾ ਹਾਂਜੀ வால்ਮਾਰਟ 65 ਡਾਲਰ ਤੋਂ ਅਰੇ ਬੀ ਗ੍ਰੇਡ ਹੈ ਅੱਛਾ ਡਾਕਟਰ ਸਾਹਿਬ ਤੁਸੀਂ ਹੁਣ ਸ਼ਾਇਦ ਦੀ ਗੱਲ ਕਰ ਰਹੇ ਸੀ ਮੈਂ ਥੋੜਾ ਜਿਹਾ ਪਛੋਕਰ ਤੇ ਚੱਲਦੇ ਆ ਜਿਨ੍ਹਾਂ ਮਲਖਾ ਚ ਅਸੀਂ ਆਏ ਹਾਂ ਹੁਣ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਜਾਂ ਅਸੀਂ ਪੰਜਾਬ ਦੀ ਗੱਲ ਕਰੀਏ ਜਦੋਂ ਉਹ ਉਹ ਜਿਹੜੀਆਂ ਮੱਖੀਆਂ ਸੀ ਉਹ ਜਾਂ ਤੂਤ ਦੇ ਦਰਖਤ ਦੇ ਨਾਲ ਜਾਂ ਜਾਮਣ ਦੇ ਨਾਲ ਜਾਂ ਬਾਂਸ ਹੁੰਦੇ ਸੀ ਇਹੋ ਜਿਹੇ ਦਰਖਤਾਂ ਨੇ ਆਪਣੇ ਉਹ ਛੱਜੇ ਬਣਾਉਂਦੀਆਂ ਹੁੰਦੀਆਂ ਸੀ ਤੇ ਉਹ ਜਾਂਦੀਆਂ ਸੀ ਖੇਤਾਂ ਦੇ ਵਿੱਚ ਸਰੋਂ ਦੇ ਫੁੱਲਾਂ ਤੋਂ ਲੈ ਆਉਣਾ ਉਹਨਾਂ ਨੇ ਜਾਂ ਉਦਾਂ ਫੁੱਲਾਂ ਦੇ ਵਿੱਚੋਂ ਲੈ ਆਉਣਾ ਜਾਂ ਦਰਖਤਾਂ ਦੇ ਵਿੱਚੋਂ ਉਹਨਾਂ ਨੇ ਲੈਣਾ ਉਹ ਸ਼ਾਇਦ ਜਿਹੜਾ ਹੁੰਦਾ ਸੀ ਉਹ ਆਪਾਂ ਸਿੱਧਾ ਹੀ ਉਹ ਛੱਜੇ ਦੇ ਵਿੱਚੋਂ ਸ਼ਾਇਦ ਕੱਢ ਲਈਦਾ ਸੀ ਧੂਆਂ ਕਰਕੇ ਮੱਖੀਆਂ ਨੂੰ ੜਾ ਦੇਣਾ ਮੇਰੇ ਬਾਬਾ ਜੀ ਇਹ ਕੰਮ ਬੜਾ ਕਰਦੇ ਰਹੇ ਆ ਧੂਆਂ ਕਰਕੇ ਮੱਖੀਆਂ ਨੂੰ ੜਾ ਦੇਣਾ ਤੇ ਉਹ ਛੱਜਾ ਉੱਥੋਂ ਲਾ ਲੈਣਾ ਤੇ ਫਿਰ ਉਹਨੂੰ ਕਿਸੇ ਕੱਪੜੇ ਦੇ ਵਿੱਚ ਕਾਟਨ ਦੇ ਵਿੱਚ ਕੱਪੜੇ ਦੇ ਵਿੱਚ ਉਹਨੂੰ ਰੱਖ ਦੇਣਾ ਤੇ ਉਹ ਹੌਲੀ 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 ਉਹਨੇ ਰਿਸੀ ਜਾਣਾ ਜਾਂ ਉਹਨਾਂ ਨਿਚੋੜਨਾ ਉਹ ਜਾਂ ਉਹਨੂੰ ਨਿਚੋੜ ਲੈਣਾ ਤੇ ਜੇ ਉਹ ਵਿੱਚ ਜਿਹੜੀ ਉਹ ਵੈਕਸ ਜੀ ਹੁੰਦੀ ਸੀ ਉਹਨਾਂ ਦੇ ਛੱਜੇ ਦੇ ਵਿੱਚ ਜਿਹੜਾ ਜਾਂ ਹੋਰ ਜੋ ਵੀ ਹੁੰਦਾ ਸੀ ਉਹ ਨਿਕਲ ਜਾਣਾ ਤੇ ਉਹਨੂੰ ਨਿਚੋੜ ਲੈਣਾ ਇਹ ਪਿਓਰ ਆਰਗੈਨਿਕ ਹੁੰਦਾ ਸੀ ਇਹਦੀ ਕੋਈ ਰਿਸਰਚ ਵੀ ਨਹੀਂ ਹੁੰਦੀ ਸੀ ਕਿਉਂਕਿ ਪਿੰਡਾਂ 'ਚ ਰਹਿਣ ਵਾਲਿਆਂ ਨੇ ਕਿੱਥੋਂ ਰਿਸਰਚ ਕਰਨੀ ਸੀ ਉਹ ਸ਼ਹਿਦ ਕਿੰਨਾ ਕੁ ਵਧੀਆ ਹੁੰਦਾ ਸੀ ਉਹਦੇ ਬਾਰੇ ਪਹਿਲਾਂ ਦੱਸੋ ਉਹ ਹੀ ਵਧੀਆ ਹੁੰਦਾ ਸੀ ਅਸਲ 'ਤੇ ਅੱਛਾ ਜੀ ਉਹ ਸ਼ਹਿਦ ਨੂੰ ਕਹਿੰਦੇ ਨੇ ਅਨਰੀਫਾਈਂਡ ਰੌ ਹਣੀ ਰੌ ਯਾਨੀ ਜਿਹਦੇ 'ਚ ਕੁਝ ਨਹੀਂ ਪਾਇਆ ਗਿਆ ਤੇ ਜਿਹੜੇ ਸ਼ਹਿਦ ਸਾਨੂੰ ਇਹ ਬੋਟਲਸ ਵਿੱਚ ਮਿਲਦੇ ਨੇ ਨਾ ਏ ਸੀਲਡ ਬੋਟਲਸ ਇਹਨਾਂ ਨੂੰ ਕੁਛ ਨਾ ਕੁਛ ਤਾਂ ਟ੍ਰੀਟ ਕੀਤਾ ਜਾਂਦਾ ਜਾਂ ਕੁਛ ਵੀ ਨਾ ਕੀਤਾ ਜਾਏ ਤਾਂ ਇਹਨਾਂ ਤੇ ਇਹਨਾਂ ਨੂੰ ਗਰਮ ਜ਼ਰੂਰ ਕੀਤਾ ਜਾਂਦਾ ਉਹ ਗਰਮ ਇਸ ਲਈ ਕੀਤਾ ਜਾਂਦਾ ਕਿ ਇਹਦਾ ਮੌਇਸਚਰ ਖਤਮ ਕਰਨਾ ਹੁੰਦਾ ਉਹਨਾਂ ਨੇ ਜਿੰਨਾ ਮੌਇਸਚਰ ਮੈਂ ਉਸ ਦਿਨ ਵੀ ਦੱਸਿਆ ਸੀ ਇਹਦੇ ਘੱਟ ਹੋਏਗਾ ਇਹਦੀ ਸ਼ੈਲਫ ਲਾਈਫ ਓਨੀ ਜ਼ਿਆਦਾ ਹੋਏਗੀ ਤੁਸੀਂ ਅਗਰ ਇਹਦੀ ਸ਼ੀਸ਼ੀ ਖੋਲੋ ਨਾ ਤੇ ਅਗਲਾ 1000 ਸਾਲ ਪਈ ਰਹੇ ਤੇ ਖਰਾਬ ਨਹੀਂ ਹੋਏਗਾ ਸ਼ਾਇਦ ਕਿਉਂਕਿ ਮoiश्चਰ ਹੀ ਨਹੀਂ ਹੈਗਾ ਪਾਣੀ ਨਹੀਂ ਹੈਗਾ ਵਿੱਚ ਕੋਈ ਗਿੱਲਾ ਚਮਚਾ ਪਾਤਾ ਜਾਂ ਸੀ ਗਿੱਲਾ ਸਾਡਾ ਹੱਥ ਆ ਸੀ ਉਂਗਲ ਦੇ ਨਾਲ ਵਿੱਚੋਂ ਹਨੀ ਕੱਢ ਲਿਆ ਸ਼ਹਿਦ ਕੱਢ ਲਿਆ ਤੇ ਫਿਰ ਜੇ ਉਹ ਇੱਕ ਵਾਰੀ ਕੁਛ ਇਦਾਂ ਮoiश्चਰ ਵਿੱਚ ਚਲੀ ਗਿਆ ਫੇ ਖਰਾਬ ਹੋ ਸਕਦਾ ਫੇਰ ਖਰਾਬ ਫੇ ਟੱਕਨ ਵੀ ਵਾਰ-ਵਾਰ ਖੁੱਲਣ ਨਾਲ ਮoiश्चਰ ਜਾਂਦਾ ਉਹ ਜੰਮਦਾ ਵੀ ਇਸੇ ਤੋਂ ਹੀ ਆ ਸ਼ਾਇਦ ਕਿ ਉਹਦੇ ਵਿੱਚ ਮoiश्चਰ ਜਾਂਦਾ ਜਿਹੜਾ ਰੌ ਹਣੀ ਹੈ ਨਾ ਅਨਰੀਫਾਈਂਡ অর ਰੌ ਨਹੀਂ ਉਹ ਸਭ ਤੋਂ ਬੈਸਟ ਹੈ ਉਹ ਹੁਣ 베ਰੀ ਦਾ ਹੋਵੇ ਉਹ ਗੁਲਾਬ ਦੇ ਫੁੱਲਾਂ ਦਾ ਹੋਵੇ ਉਹ ਸ਼ਤੂਤ ਦੇ ਫੁੱਲਾਂ ਦਾ ਹੋਵੇ ਉਹ ਕਿਸੇ ਵੀ ਸ਼ਹਿ ਦਾ ਹੋਵੇ ਉਹ ਸਾਰਿਆਂ ਤੋਂ ਬੈਸਟ ਹੈ ਤੁਸੀਂ ਦੱਸਿਆ ਸੀ ਮਾਫ ਕਰਨਾ ਤੁਹਾਨੂੰ ਕਟਿਆ ਤੁਸੀਂ ਦੱਸਿਆ ਸੀ ਕਿ 100% ਆਰਗੇਨਿਕ ਨਹੀਂ ਕਹਿ ਸਕਦੇ ਮੱਖੀਆਂ 90 ਕਿਲੋਮੀਟਰ ਜਿਹੜਾ 90 ਮਾਈਲਸ ਵਾਲੇ ਦਿਵਾਲੀ ਘੁੰਮਦੀਆਂ ਆਂ ਤੇ ਉਹ ਪਤਾ ਨਹੀਂ ਕਿਹੜੇ ਕਿਹੜੇ ਫੁੱਲ ਤੇ ਬੈੰਦੀਆਂ ਹੋਣਗੀਆਂ 6 ਮਾਈਲ ਰੋਜ਼ ਜਾਂਦੀ ਹੈ 6 ਮਾਈਲ ਰੋਜ਼ ਜਾਂਦੀਆਂ ਸੋ ਤੁਸੀਂ ਇਹ ਵੀ ਦੱਸਿਆ ਸੀ ਕਿ ਜਦੋਂ ਅਸੀਂ ਗੱਲ ਕਰਦੇ ਸੀ ਕਿ ਇੱਕ ਸਾਡੇ ਕੋਲਰ ਨੇ ਵੀ ਕਿਹਾ ਸੀ ਕਿ ਇੱਕ ਨੈਟ ਰੱਖਿਆ ਜਾਲੀ ਦੇ ਵਿੱਚ ਮੱਖੀਆਂ ਨੂੰ ਰੱਖਿਆ ਤੇ ਉੱਥੇ ਜਿਹੜੇ ਫੁੱਲਿਆ ਮੰਨ ਲਓ ਗੁਲਾਬ ਦੇ ਰੱਖੇ ਆ ਸੋ ਜਾਲੀ ਦੇ ਵਿੱਚ ਹੀ ਰਹਿਣਗੀਆਂ ਤੇ ਉਹ ਗੁਲਾਬ ਦੇ ਫੁੱਲੀ ਦੇ ਵਿੱਚੋਂ ਰਸ ਲੈਣਗੀਆਂ ਉਹ ਤਾਂ ਫਿਰ 100% ਹੀ ਹੋ ਗਿਆ ਕਿ ਗੁਲਾਬ ਦੇ ਫੁੱਲਾਂ ਨਾਲ ਦੇਖੋ ਜਿਹੜੀ ਮੱਖੀ 6 ਮਾਈਲ ਉੱਡ ਕੇ ਜਾਂਦੀ ਹੈ ਜਿਹੜੀ ਮੱਖੀ ਐ 100 ਫੁੱਟ ਦੇ ਨੈਟ ਦੇ ਅੰਦਰ ਐ ਉਹਦਾ ਫਰਕ ਨਹੀਂ ਹੋਏਗਾ ਸ਼ਾਇਦ ਜਿਹੜੀ ਮੱਖੀ ਨੂੰ ਤੁਸੀਂ ਮਿੱਠਾ ਪਿਲਾਇਆ ਗੁੜ ਪਿਲਾਇਆ ਤੇ ਉਹਦੇ ਤੋਂ ਧੋਖੇ ਨਾਲ ਸ਼ਾਇਦ ਲਿਆ ਤੇ ਜਿਹੜੀ ਮੱਖੀ ਆਪ ਲੱਭ ਕੇ ਨੈਕਟਰ ਲੈ ਕੇ ਆਈ ਐ ਫੁੱਲਾਂ ਤੋਂ ਉਹਦਾ ਫਰਕ ਨਹੀਂ ਹੋਏਗਾ ਕੁਆਲਿਟੀ ਦਾ ਤੇ ਫਰਕ ਹੋਏਗਾ ਉਹਨੂੰ ਆਰਗੈਨਿਕ ਕਹ ਲੋ ਲੇਕਿਨ ਕੁਆਲਿਟੀ ਦਾ ਫਰਕ ਹੋਏਗਾ ਉਹ ਕਿਵੇਂ ਉਹਦੇ ਨਾਲ ਮੈਚ ਕਰ ਸਕਦਾ ਉਹ ਇੱਕੋ ਜਿਹਾ ਕਿਵੇਂ ਹੋ ਸਕਦਾ ਮੱਖੇ ਨੂੰ ਖੁੱਲਾ ਛੱਡੋ ਵਾਪਸ ਤੇ ਉਹਨੇ ਆਪਣੀ ਕਲੋਨੀ ਚ ਜਾਣਾ ਉਹ ਜਿਹੜੀ ਕਲੋਨੀ ਚ 50 60 ਹਜ਼ਾਰ ਮੱਖੀਆਂ ਇਕੱਠੀਆਂ ਰਹਿ ਰਹੀਆਂ ਨੇ ਉਹਨਾਂ ਨੇ ਉੱਥੇ ਹੀ ਆਣਾ ਕਿਉਂਕਿ ਉਹਨਾਂ ਦੇ ਡਿਫਰੈਂਟ ਡਿਫਰੈਂਟ ਗਰੁੱਪ ਬਣੇ ਹੋਏ ਨੇ ਇਹਨਾਂ ਨੂੰ ਅਸੀਂ ਬ੍ਰਿਗੇਡਸ ਕਹਿੰਨੇ ਆ ਮੱਖੀਆਂ ਦੀ ਪਲਾਟੂਨਸ ਕਹਿੰਨੇ ਆ ਉਹਨਾਂ ਦੀ ਆਪਣੀ ਆਪਣੀ ਡਿਊਟੀਆਂ ਨੇ ਉਹ ਜਿਹੜੀ ਰਾਇਲ ਜੈਲੀ ਹੈ ਉਹ ਜਿਹੜੀ ਕੁਇਨ ਮੱਖੀ ਵਾਸਤੇ ਬਣਦੀ ਆ ਤੁਸੀਂ ਦੇਖੋ ਕੁਇਨ ਮੱਖੀ ਨੇ ਰੋਜ਼ਾਨਾ 2000 ਅੰਡੇ ਦੇਨੇ ਹੁੰਦੇ 2000 ਡੇਲੀ ਅੰਦਰ ਦੇ ਨੇ ਉਹロナ ਜੋ ਬੱਚੇ ਨਿਕਲਦੇ ਆ ਲਾਰਵਾਜ਼ ਜਿਹਨੂੰ ਕਹਿੰਨੇ ਉਹ ਲਾਰਵਾਜ਼ ਨੂੰ ਸ਼ਾਇਦ ਖਵਾਂਦੀਆਂ ਨੇ ਉਹ ਜਲਦੀ ਜਲਦੀ ਮੱਖੀਆਂ ਬਣ ਜਾਂਦੀਆਂ ਨੇ ਉਹ ਜਲਦੀ ਜਲਦੀ ਨਾਲ ਉਹਨਾਂ ਦੇ ਐਡਪ ਹੋ ਜਾਂਦੀਆਂ ਨੇ ਵਰਕਰ ਕਲਾਸ 'ਚ ਤੇ ਮੱਖੀ ਦੇ ਜਿਹੜੇ ਕੋਈ ਨ ਮੱਖੀ ਆ ਜਿੰਨਾ ਉਹਦਾ ਵਜ਼ਨ ਆ ਨਾ ਉਸ ਤੋਂ ਦੁੱਗਨੇ ਵਜ਼ਨ ਦੇ ਉਹ ਅੰਡੇ ਰੋਜ਼ ਦਿੰਦੀ ਦੇਖੋ ਇਹ ਖੁਦ ਖੁਦਾ ਦੀ ਕੁਦਰਤ ਉਹ ਕਿੱਥੋਂ ਵਜ਼ਨ ਦੁੱਗਣਾ ਕਰਦੀ ਹੈ ਤੁਹਾਡੀ ਗੱਲ ਬੜੀ ਚੰਗੀ ਲੱਗੀ ਕਿ ਜਦੋਂ ਹੁਣ ਜੇ ਇੱਕ ਮੱਛੀ ਨੂੰ ਮਾਫ ਕਰਨਾ ਮੱਖੀ ਨੂੰ ਜੇ ਇੱਕ ਨੂੰ ਨੈੱਟ ਦੇ ਵਿੱਚ ਰੱਖਿਆ ਆ ਸੋ ਉਹਨੇ ਕੀ ਦਾਇਰੇ ਦੇ ਵਿੱਚ ਉਹ ਘੁੰਮ ਰਹੀ ਹੈਗੀ ਆ ਤੇ ਉਹ ਫਿਰ ਹੋਊਗਾ ਤੇ ਸਹੀ ਕਿ ਹਾਂ ਵੀ ਇਹ ਇੱਕੋ ਹੀ ਫਲੇਵਰ ਦਾ ਆ ਰੋਜ਼ ਫਲੇਵਰ ਆ ਰੋਜ਼ ਇੱਥੇ ਫੁੱਲਾਂ ਰੱਖੇ ਸੀ ਜਿਹੜੇ ਗੁਲਾਬ ਦੇ ਰੱਖੇ ਸੀ ਉਹਨਾਂ ਦਾ ਹੀ ਆ ਪਰ ਫਿਰ ਉਹਦੀ ਕੁਆਲਿਟੀ ਨਹੀਂ ਹੋਊਗੀ ਤੇ ਹੁਣ ਇੱਕ ਮੱਖੀ ਜਿਹੜੀ ਖੁੱਲੇ ਅਸਮਾਨ ਚ ਘੁੰਮਦੀ ਆ ਉਹ ਆਪ ਲੱਭ ਕੇ ਕਿਉਂਕਿ ਮੁਹਾਰਤ ਹੈ ਉਹਦੀ ਉਹ ਆਪ ਲੱਭਦੀ ਆ ਲੱਭ ਕੇ ਉੱਥੋਂ ਰਸ ਲੈ ਕੇ ਆਉਂਦੀ ਆ ਫੁੱਲਾਂ ਦਾ ਫੇਰ ਉਹ ਹਣੀ ਬਣਾਉਂਦੀ ਆ ਕਿ ਇੱਕ ਛੱਜੇ ਦੇ ਵਿੱਚੋਂ ਵੱਖਰੇ ਵੱਖਰੇ ਤਰ੍ਹਾਂ ਦਾ ਵੀ ਹਣੀ ਨਿਕਲਿਆ ਆਉਂਦਾ ਨਹੀਂ ਉਹ ਛੋਟੇ ਛੋਟੇ ਜਿਹੜੇ ਉਹ ਬਾਕਸਸ ਬੰਦੇ ਨੇ ਨਾ ਉਹ ਜਿਨ੍ਹਾਂ ਨੂੰ ਅਸੀਂ ਉਹ ਹੈਕਸਾਗੋਨਲ ਬਾਕਸਸ ਕਹਿੰਦੇ ਨੇ ਉਹਨਾਂ ਵਿੱਚ ਇੱਕ ਬਾਕਸ 'ਚ ਦੋ ਮੱਖੀਆਂ ਵੀ ਰੱਖ ਸਕਦੀਆਂ ਸ਼ਾਇਦ ਚਾਰ ਵੀ ਰੱਖ ਸਕਦੀਆਂ 100 ਵੀ ਰੱਖ ਸਕਦੀਆਂ ਕਿਉਂਕਿ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ 1500 ਫਲਾਵਰਸ ਨੂੰ ਇਕੱਠਾ ਕਰਕੇ ਤੇ 70 ਮਿਲੀਗ੍ਰਾਮ ਬੰਦਾ ਤੇ ਉਹ 70 70 ਮਿਲੀਗ੍ਰਾਮ ਇੱਕ ਇੱਕ ਬਾਕਸ ਤੋਂ ਜ਼ਿਆਦਾ ਹੈ ਔਰ ਘੱਟ ਹੈ ਉਥੇ ਚ ਜ਼ਿਆਦਾ 70 ਮਿਲੀਗ੍ਰਾਮ ਵੀ ਹੋ ਸਕਦੇ ਤੇ ਉਹ ਮਿਕਸ ਹੋ ਸਕਦਾ ਤੇ ਇਹ ਉਹ ਜਦੋਂ ਸ਼ਾਇਦ ਦੀ ਤੁਸੀਂ ਰਿਸਰਚ ਕਰਦੇ ਹੋ ਨਾ ਤੇ ਸ਼ਾਇਦ ਦੀ ਇਹਨੂੰ ਚੈਕਿੰਗ ਕਰਦੇ ਹੋ ਤੇ ਇੱਕ ਐਗਰੀਕਲਚਰ ਡਿਪਾਰਟਮੈਂਟ ਹੈ ਯੂਐਸ ਦਾ ਤੁਸੀਂ ਸ਼ਾਇਦ ਕਦੀ ਚੈੱਕ ਕਰਵਾਣਾ ਹੋਵੇ ਤੇ ਉਹਨੂੰ ਤੁਸੀਂ ਕੈਲੀਫੋਰਨੀਆ ਚੋਂ ਡਿਪਾਰਟਮੈਂਟ ਹੈ ਐਗਰੀਕਲਚਰ ਡਿਪਾਰਟਮੈਂਟ ਆਫ ਯੂਐਸ ਉਹਨੂੰ ਤੁਸੀਂ ਫੋਨ ਕਰੋ ਉਹਨੂੰ ਤੁਸੀਂ ਆਪਣੇ ਸ਼ਾਇਦ ਦਾ ਸੈਂਪਲ ਭੇਜੋ ਸੌਇਲ ਮੈਕੀਟਾ ਇਹ ਹੈ ਪਾਕਿਸਤਾਨ ਚੱਕ ਜਗ੍ਹਾ ਚਿਤਰਾਲ ਤੇ ਪਸ਼ਾਵਰ ਉਹ ਪਸ਼ਾਵਰ ਦੇ ਅਰਾਊਂਡ ਬੜੀ ਗ੍ਰੀਨਰੀ ਹੈ ਬਹੁਤ ਫੁੱਲ ਨੇ ਬਹੁਤ ਖੂਬਸੂਰਤ ਜਗ੍ਹਾ ਹੈ ਸਵਾਬੀ ਇੱਕ ਜਗ੍ਹਾ ਹੈ ਚਾਰਸੱਦਾ ਇੱਕ ਜਗ੍ਹਾ ਉੱਥੇ ਹੀ ਪਸ਼ਾਵਰ ਦੇ ਅਰਾਊਂਡ ਉਹ ਉੱਥੋਂ ਦੇ ਸ਼ਹਿਦ ਬਹੁਤ ਮਸ਼ਹੂਰ ਹੈ ਪੂਰੀ ਦੁਨੀਆ 'ਚ ਜੀ ਮੈਂ ਇੱਕ ਵਾਰੀ ਉੱਥੋਂ ਇੱਕ ਮਨ ਸ਼ਹਿਦ ਖਰੀਦਿਆ ਔਰ ਜਿੱਥੇ ਮੈਂ ਗਿਆ ਸੀ ਉਹਨੂੰ ਮੈਂ ਚੈੱਕ ਕੀਤਾ ਸ਼ਹਿਦ ਬਹੁਤ ਆਊਟ ਕਲਾਸ ਯੂ ਬਲੈਕ ਕਲਰ ਦਾ ਆਲਮੋਸਟ ਸ਼ਹਿਦ ਸੀ ਡਾਰਕ ਬ੍ਰਾਊਨ ਕਹਿ ਲਓ ਅੱਛਾ ਜਿੰਨਾ ਜ਼ਿਆਦਾ ਡਾਰਕ ਕਲਰ ਹੁੰਦਾ ਸ਼ਹਿਦ ਦਾ ਉਨਾ ਹੀ ਵਧੀਆ ਹੁੰਦਾ ਬਲੂ ਬੈਰੀ ਸ਼ਹਿਦ ਆ ਉਹਦਾ ਲਾਈਟ ਕਲਰ ਹੁੰਦਾ ਇੱਕ ਵਾਈਟ ਜਾਂ ਕਲਰ ਦਾ ਵੀ ਸ਼ਾਇਦ ਹੈਗਾ ਲੇਕ ਜਮੈਂ ਜਿੱਦਾਂ ਕਹਿ ਲੋ ਕਿ ਆਫ ਵਾਈਟ ਹੀ ਹੁੰਦਾ ਜਿਹੜਾ ਲਾਈਟ ਕਲਰ ਤੇ ਜਿਹੜਾ ਕਲਰ ਦਾ ਸ਼ਾਇਦ ਹੁੰਦੇ ਨੇ ਵਾਈਟ ਕਲਰ ਵਾਈਟ ਨਹੀਂ ਹੁੰਦਾ ਲਾਈਟ ਕਲਰ ਦੇ ਹੁੰਦੇ ਨੇ ਬਲੂਬੈਰੀ ਲਾਈਟ ਕਲਰ ਦਾ ਹੁੰਦਾ ਵੈਸੇ ਵੀ ਪਤਲਾ ਹੁੰਦਾ ਤੇ ਇਹ ਜ਼ਰੂਰੀ ਨਹੀਂ ਐਮਬਰ ਕਲਰ ਦਾ ਸ਼ਾਇਦ ਹੁੰਦਾ ਡੈਂਡੇਲੀਅਨ ਉਹ ਐਮਬਰ ਕਲਰ ਦਾ ਹੁੰਦਾ ਫਿਰ ਇੱਕ ਹੋਰ ਸ਼ਾਇਦ ਹੈ ਕਲੋਵਰ ਉਹ ਬਿਲਕੁਲ ਡਾਰਕ ਹੁੰਦਾ ਜਿਹੜਾ ਇੱਥੇ ਹੁੰਦਾ ਯੂ ਐਸ ਔਰ ਕੈਨੇਡਾ ਚ ਮਿਲਦਾ ਜਿਹੜਾ ਉਹ ਇੱਥੇ ਖਾਸਾ ਪਪੂਲਰ ਆ ਇਨਫੈਕਸ਼ਨਸ ਵਾਸਤੇ ਉਹ ਬੜਾ ਅੱਛਾ ਹੈ ਅਗਰ ਕਿਤੇ ਇਨਫੈਕਸ਼ਨ ਹੈ ਤੁਹਾਡੀ ਬੋਡੀ ਚ ਤੇ ਤੁਸੀਂ ਉਹ ਯੂਜ਼ ਕਰੋ ਮਨੂਕਾ ਜਿਹੜਾ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਬਹੁਤ ਸਾਰੇ ਲੋਕ ਮੇਰੇ ਕੋਲ ਆਂਦੇ ਉਹਨਾਂ ਨੂੰ ਆਈ ਬੀ ਐਸ ਦਾ ਮਸਲਾ ਹੁੰਦਾ ਜੀ ਐਸਿਡ ਰਿਫਲਕਸ ਉਹ ਮਨੂਕਾ ਹਨੀ ਅੱਧਾ ਚਮਚ ਰੋਜ਼ ਲਿਆ ਕਰਨ ਪਾਣੀ ਚ ਪਾ ਕੇ ਲੈਣਾ ਕੋਈ ਸਮਾਂ ਇਹਦੇ ਲੈਣ ਦਾ ਕਦੋਂ ਲੈਣਾ ਅਗਰ ਤੁਹਾਨੂੰ ਨੀਂਦ ਦਾ ਮਸਲਾ ਹੈ ਤੇ ਰਾਤ ਨੂੰ ਬੈਟਰ ਹੈ ਅਗਰ ਤੁਹਾਨੂੰ ਆਈ ਬੀ ਐਸ ਦਾ ਮਸਲਾ ਹੈ ਤੇ ਸਵੇਰ ਨੂੰ ਬੈਟਰ ਹੈ ਸੋ ਨਿਰਨੇ ਕਾਲ ਜੀ ਉੱਠ ਕੇ ਸਵੇਰੇ ਅੱਧਾ ਚਮਚ ਬਸ ਇਥੋਂ ਸ਼ੁਰੂ ਕਰਨ ਉਹ ਪਹਿਲੇ ਤੇ ਲੱਗੇਗਾ ਪਹਿਲੇ ਲੱਗੇਗਾ ਜਾ ਕੇ ਜ਼ਖਮਾਂ ਤੇ ਜਦੋਂ ਕੋਈ ਚੀਜ਼ ਲਾਈਦੀ ਤੇ ਲੱਗਦੀ ਹੈ ਨਾ ਉਹ ਹਲਕਾ ਹਲਕਾ ਐਸਿਡ ਕਰੇਗਾ ਤਾਨੂੰ ਫਿਰ ਐਸਿਡ ਨੂੰ ਹੀ ਰਿਲੀਫ ਕਰ ਦੇਗਾ ਐਂਟੀ ਇਨਫੈਕਸ਼ਨ ਹੈ ਨਾ ਇਹਦੇ ਚ ਉਸ ਦਿਨ ਆਪਾਂ ਡਿਸਕਸ ਕੀਤਾ ਸੀਗਾ ਕਿ ਆਕਸੀਡੇਜ਼ ਜਿਹੜਾ ਉਹਦੇ ਪੇਟ 'ਚ ਹੁੰਦਾ ਹੈ ਗਲੂਕੋਜ਼ ਆਕਸੀਡੇਟ ਉਹਨੂੰ ਜਦੋਂ ਨੈਕਟਰ ਜਾ ਕੇ ਮਿਲਦਾ ਹੈ ਫੁੱਲਾਂ ਦਾ ਰਸ ਉਹਦੇ ਪੇਟ 'ਚ ਜਾਂਦਾ ਹੈ ਜਦੋਂ ਤੇ ਉਹ ਦੋ ਟੁਟਿਆਂ 'ਚ ਤਕਸੀਮ ਹੋ ਜਾਂਦਾ ਉਹ ਇੱਕ ਟੁਕੜੇ ਨੂੰ ਕਹਿੰਦੇ ਨੇ ਗਲੂਕੋਨਿਕ ਐਸਿਡ ਔਰ ਦੂਸਰੇ ਟੁਕੜੇ ਨੂੰ ਕਹਿੰਦੇ ਨੇ ਹਾਈਡਰੋਜਨ ਪਰਆਕਸਾਈਡ H2O2 ਉਹ H2O2 ਜ਼ਖਮਾਂ ਵਾਸਤੇ ਹੁੰਦਾ ਹੈ ਜਿਹੜੇ ਵੀ ਜ਼ਖਮ ਜਿੱਥੇ ਵੀ ਆਏ ਇਨਫੈਕਸ਼ਨ ਬਾਹਰ ਜਿਸਮ ਦੇ ਜਾਂ ਅੰਦਰ ਜਿਹੜੀ ਬਾਹਰ ਵਾਉਂਡਸ ਨੇ ਉਹਨਾਂ 'ਤੇ ਵੀ ਅਗਰ ਤੁਸੀਂ ਸ਼ਾਇਦ ਲਾ ਦਿਓ ਜਿਵੇਂ ਫੇਸ ਤੇ ਲੋਕਾਂ ਦੇ ਐਕਨੀ ਹੁੰਦੇ ਨੇ ਅਗਰ ਤੁਸੀਂ ਫੇਸ ਤੇ ਸ਼ਹਿਦ ਦਾ ਕੋਈ ਮਾਸਕ ਬਣਾ ਕੇ ਜਿਵੇਂ ਬਲਾਈ ਹੈ ਸ਼ਹਿਦ ਹੈ ਦੋ ਤਿੰਨ ਲੀਮੂ ਦੇ ਡ੍ਰੌਪਸ ਉਹਨਾਂ ਨੂੰ ਤੁਸੀਂ ਇਕੱਠਾ ਕਰਕੇ ਤੇ ਫੇਸ ਤੇ ਲਾਓ ਤਾਂ ਇੱਕ ਨਹੀਂ ਨਹੀਂ ਬਹੁਤ ਅੱਛਾ ਹੈ ਨਿਸ਼ਾਨ ਵੀ ਮਿਟਾ ਦਿੰਦਾ ਫੇਸ ਗਲੋ ਕਰਦਾ ਸ਼ਹਿਦ ਤੇ ਲੀਮੂ ਦੇ ਦੋ ਤਿੰਨ ਡ੍ਰੌਪਸ ਓਕੇ ਨਿੰਬੂ ਦੇ ਦੋ ਤਿੰਨ ਡ੍ਰੌਪਸ ਇਹ ਇਹ ਲਾਉਣ ਦੇ ਨਾਲ ਇਹ ਤੁਸੀਂ ਫੇਸ ਤੇ ਲਾਓ ਤੇ ਫੇਸ ਤੁਹਾਡਾ ਗਲੋ ਕਰੇਗਾ ਤੁਹਾਡੇ ਵਾਈਟ ਹੈਡਸ ਕੱਟ ਦੇਗਾ ਤੁਹਾਡੇ ਐਂਟੀ ਐਂਟੀ ਬੈਕਟੀਰੀਅਲ ਐਕਟੀਵਿਟੀ ਹੈ ਨਾ ਐਂਟੀ ਇਨਫਲੇਮੇਸ਼ਨ ਹੈ ਐਂਟੀ ਇਨਫੈਕਸ਼ਨ ਹੈ ਇਸ ਤੋਂ ਵੱਡੀ ਐਂਟੀ ਇਨਫੈਕਸ਼ਨ ਅੱਛਾ ਮਨੂਕਾ ਹਨੀ ਦੀ ਜਦੋਂ ਅਸੀਂ ਗੱਲ ਕਰਦੇ ਆ ਮਨੂਕਾ ਸ਼ਹਿਦ ਦੀ ਉਹਨੂੰ ਤੁਸੀਂ ਹੁਣ ਪਿੱਛੇ ਜੇ ਦੱਸਿਆ ਸੀ ਕਿ ਅੱਖਾਂ 'ਚ ਵੀ ਪਾ ਸਕਦੇ ਆ ਤੇ ਮੈਂ ਵੈਸੇ ਪਾਇਆ ਸੀ ਮਨੂਕਾ ਨਹੀਂ ਅੱਖਾਂ 'ਚ ਪਾਈਦਾ ਉਹ ਨਹੀਂ ਪਾਣਾ ਨਹੀਂ ਮਨੂਕਾ ਤਾਂ ਐਡਾ ਮਹਿੰਗਾ ਸ਼ਹਿਦ ਆ ਉਹ ਤੁਸੀਂ ਅੱਖਾਂ 'ਚ ਪਾਣ ਲਈ ਉਹਨੂੰ ਕੋਈ ਵੀ ਸ਼ਹਿਦ ਤੁਸੀਂ ਅੱਖਾਂ 'ਚ ਪਾਣਾ ਲੇਕਿਨ ਡਾਇਰੈਕਟ ਪਾਣ ਨਾਲੋਂ ਬੈਟਰ ਹੈ ਕਿ ਸ਼ਹਿਦ ਦਾ ਤੁਸੀਂ ਤਿੰਨ ਹਿੱਸੇ ਡਿਸਟਲ ਵਾਟਰ ਲਵੋ ਇੱਕ ਹਿੱਸੇ ਸ਼ਹਿਦ ਲਵੋ ਉਹਨੂੰ ਤੁਸੀਂ ਮਿਕਸ ਕਰ ਲਓ ਸ਼ੇਕ ਕਰ ਲਓ ਅੱਛੀ ਨਾਲ ਜੀ 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 ਔਰ ਉਹਨੂੰ ਕਿਸੇ ਆਈ ਡ੍ਰੌਪ ਖਾਲਿਚ ਪਾ ਲਓ ਔਰ ਉਹਨੂੰ ਅੱਖ ਚ ਇੱਕ ਡ੍ਰੌਪ ਰਾਤ ਨੂੰ ਰੋਜ਼ ਪਾ ਲਿਆ ਕਰੋ ਜਾਂ ਦੂਸਰੇ ਦਿਨ ਤੀਸਰੇ ਦਿਨ ਪਾ ਲਿਆ ਉਹ ਵੀ ਕਾਫੀ ਹੈ ਅੱਖਾਂ ਦੀ ধੁਲਾਈ ਕਰ ਦਿੰਦਾ ਹੈ ਬਿਲਕੁਲ ਵਾਸ਼ ਕਰ ਲਓ ਜੀ ਮੈਂ ਤੇ ਕਰ ਚੁੱਕੀ ਆ ਨਾ ਮੈਂ ਤਾਂ ਹੀ ਤੁਹਾਨੂੰ ਪੁੱਛਦੀ ਆ ਬਾਰ ਬਾਰ ਵੀ ਵਾਕਿਆ ਹੀ ਉਹ ਦਿਨੀਆਂ ਤੁਹਾਡੀਆਂ ਅੱਖਾਂ ਚ ਚਮਕ ਵੀ ਜ਼ਿਆਦਾ ਹੈ ਕੀ ਡਾਕਟਰ ਜਦੋਂ ਅਸੀਂ ਗੱਲ ਕਰਦੇ ਆ ਹੰਨੀ ਦੀ ਅਕਸਰ ਅਸੀਂ ਪੈਸੇ ਦੀ ਬਚਤ ਹਰ ਕੋਈ ਚਾਹੁੰਦਾ ਸੀ ਜਦੋਂ ਗ੍ਰੋਸਰੀ ਸ਼ਾਪਿੰਗ ਕਰਨ ਜਾਂਦੇ ਆ ਸਾਨੂੰ ਹੁੰਦਾ ਕਿ 2-4 ਡਾਲਰ ਬਚ ਜਾਣ ਖਾਸ ਕਰਕੇ ਮੇਰੀਆਂ ਪਹਿਣਾ ਨੂੰ ਅਸੀਂ ਸਸਤਾ ਸਮਾਨ ਚੁੱਕਦੇ ਆ ਸਸਤੀਆਂ ਚੀਜ਼ਾਂ ਦੇਖਦੇ ਆ ਕੋਈ ਡੀਲ ਤੇ ਲੱਗੀ ਆ ਇਸੇ ਤਰ੍ਹਾਂ ਹੰਨੀ ਆ 2 ਡਾਲਰ ਦਾ ਵੀ ਮਿਲ ਜਾਂਦਾ ਡਾਲਰ ਦਾ ਵੀ ਮਿਲ ਜਾਂਦਾ 5 ਡਾਲਰ ਦਾ 10 ਡਾਲਰ ਦਾ 40 ਦਾ ਤੇ 60 65 ਡਾਲਰ ਤੱਕ ਵੀ ਮਿਲ ਜਾਂਦਾ। 100 ਤਾਂ ਵੀ ਹੈਗਾ। 100 ਦਾ ਵੀ ਹੈਗਾ। ਸੋ ਐਵਰੇਜ ਕਿੰਨੇ ਕੁ ਤੱਕ ਕਿਹੜਾ ਬੈਸਟ ਹੈ ਜੇ ਆਮ ਫੈਮਿਲੀ ਨੇ ਯੂਜ਼ ਕਰਨਾ। ਜਿਹੜਾ ਸਭ ਤੋਂ ਮਹਿੰਗਾ ਦੁਨੀਆ 'ਚ ਹਨੀ ਹੈ ਨਾ ਉਹ ਟੂਪੀ ਜੋ ਹਨੀ ਹੈ। ਅੱਛਾ ਜੀ ਉਹ ਕਿੱਥੋਂ ਇੱਕ ਹੋਰ ਵੀ ਹੈਗਾ ਦੇਖੋ ਤੁਸੀਂ ਤੇ ਮੈਨੂੰ ਕਈ ਸੁਣਿਆ ਹੋਣਾ ਹਾਲੇ ਤੱਕ। ਉਹ ਕਿੱਥੋਂ ਮਿਲਦਾ ਹੈਗਾ ਵੀ ਦੱਸ। ਜਿਹੜਾ ਟੂਪੀ ਜੋ ਹਨੀ ਹੈ ਨਾ T U P E D O A ਟੂਪੀ ਦਾ ਬੁਸ਼ ਹੁੰਦੀ ਹੈ ਇੱਕ ਫਲੋਰੀਡਾ 'ਚ। ਤੇ ਜਾਰਜੀਆ ਜਿੱਥੇ ਮੈਂ ਰਹਿ ਕੇ ਆ। ਅਟਲਾਂਟਾ ਜੇ ਆਉਂਦੇ ਆਂ ਬੀਪਾ ਹਣੀ ਲਈ ਇਕਲੇ ਆਉਂਦੇ ਤੋ ਬੀਪਾ ਉਹ ਇਨਕ ਵੀ ਲੱਭ ਜੇ ਤੇ ਬੜੀ ਗੱਲ ਹੈ ਉਹਨਾਂ ਜਿਹੜੇ ਮਾਰਸ਼ੀ ਲੈਂਡਸ ਹਨ ਜਿਹਨੂੰ ਦਲਦਲੀ ਜ਼ਮੀਨਾਂ ਕਹਿੰਦੇ ਆ ਉਹਨਾਂ ਦੇ ਵਿੱਚ ਇੱਕ ਬੁਸ਼ ਉਗਦੀ ਆ ਉਹਨੂੰ ਫੁੱਲ ਲੱਗਦੇ ਆ ਬਹੁਤ ਘੱਟ ਹੁੰਦਾ ਹੈ ਉਹ ਟੋਪੀਡਾ ਬੁਸ਼ ਹਣੀ ਜਿਹੜਾ ਉਹ ਦੁਨੀਆ ਦਾ ਸਭ ਤੋਂ ਐਕਸਪੈਂਸਿਵ ਹਣੀ ਹੈ ਕਿਉਂਕਿ ਹੁੰਦਾ ਥੋੜਾ ਜਿਆ ਫਿਰ ਦੂਸਰੇ ਨੰਬਰ ਤੇ ਮਨੂਕਾ ਆਂਦਾ ਉਹ ਤੇ ਫੁੱਲ ਹੁੰਦੇ ਕਾਫੀ ਸਾਰੇ ਹੁੰਦੇ ਆ ਇਹ ਟੋਪੀਡੋ ਬੁਸ਼ ਜਣੀ ਫਲੋਰੀਡਾ ਚ ਉਹ ਕੁਦੀਏ ਇਹ ਕਟ ਹੈ ਇਸ ਲਈ ਇਹ ਮਹਿੰਗਾ ਜੇ ਬਹੁਤ ਮਹਿੰਗਾ ਲੈਣਾ ਤਾਂ ਟੁਪੀਡੋ ਦਾ ਹਨੀ ਲੈ ਲਿਆ ਕਰੋ ਤੇ ਜੇ ਤੁਸੀਂ ਬਹੁਤ ਜ਼ਿਆਦਾ ਟੇਸਟੀ ਹਨੀ ਲੈਣਾ ਜਿਹੜਾ ਮਨੋਕਾ ਅਸੀਂ ਡਿਸਕਸ ਕੀਤਾ ਇਹ ਤਾਂ ਥੋੜਾ ਜਿਹਾ ਉਹ ਹੈ ਨਾ ਤੁਰਸ਼ ਜਿਹਾ ਥੋੜਾ ਜਿਹਾ ਐਂਡ ਤੇ ਤੁਹਾਨੂੰ ਇਹਦੀ ਕੜਵਾਹਟ ਜੀ ਕਸਹਿਲਾ ਜਿਹਾ ਪਨ ਫੀਲ ਹੋਏਗਾ ਲੇਕਿਨ ਹੈ ਤੇ ਮਿੱਠਾ ਲੇਕਿਨ ਵਿੱਚ ਹਲਕੀ ਜਿਹੀ ਕਸਹਿਲੀ ਜੀ ਚੀਜ਼ ਆਂਦੀ ਹੈ ਕੋਈ ਲੇਕਿਨ ਜਿਹੜਾ ਸਭ ਤੋਂ ਟੇਸਟੀ ਡੇਲੀਸ਼ੀਅਸ ਔਰ ਐਕਸਲੈਂਟ ਹਨੀ ਹੈ ਦੁਨੀਆ ਦਾ ਉਹ ਮੈਕਾਡੇਮੀਆ ਹਨੀ ਹੈ ਮੈਕਾਡੇਮੀਆ ਮੈਕਾਡੇਮੀਆ ਇਹ ਤੁਸੀਂ ਅਗਰ ਬਹੁਤ ਜ਼ਿਆਦਾ ਯਮੇ ਹਣੀ ਖਾਣਾ ਚਾਹੁੰਦੇ ਹੋ ਬਹੁਤ ਜ਼ਿਆਦਾ ਡੇਲੀਸ਼ੀਅਸ ਹਣੀ ਖਾਣਾ ਚਾਹੁੰਦੇ ਹੋ ਤੇ ਲਿਖ ਲਓ ਮੈਕਾਡੇਮੀਆ ਹਣੀ ਲੱਭੋ ਕਿਤੋਂ ਇੰਟਰਨੈਟ ਤੋਂ ਲੱਭ ਲਓ ਕਿਤੋਂ ਤੁਹਾਨੂੰ ਰਿਵਿਊਜ਼ ਤੋਂ ਪਤਾ ਲੱਗ ਜਾਏਗਾ ਕਿਹੜਾ ਹਣੀ ਜ਼ਿਆਦਾ ਜਿੱਥੋਂ ਮਿਲਦਾ ਮੈਕਾਡੇਮੀਆ ਹਣੀ ਲੱਭ ਕੇ ਲਿਆਓ ਬੇਸ਼ੱਕ ਇੰਨਾ ਕੀ ਲੱਭ ਕੇ ਲਿਆਓ ਉਹ ਖਾ ਕੇ ਫਿਰ ਦੱਸਣਾ ਕਿ ਤੁਸੀਂ ਇਸ ਤਰ੍ਹਾਂ ਦਾ ਹਣੀ ਕਦੀ ਖਾਦਾ ਜਿਹੜਾ ਮੈਂ ਤੁਹਾਨੂੰ ਹਣੀ ਦੱਸ ਰਿਹਾ ਸੀ ਚਿਤਰਾਲ ਦਾ ਪਾਕਿਸਤਾਨ ਦਾ ਹਣੀ ਮੈਂ ਉਹ ਦੁਨੀਆ ਚ ਉਸ ਦੇ ਨਾਲ ਦਾ ਹਣੀ ਨਹੀਂ ਖਾਦਾ ਅਜ ਤੱਕ ਕੀ ਆਵਾਂ ਤੇ ਉਹ ਮੈਂ ਐਵੇਂ ਨਹੀਂ ਇੱਕ ਮਨ ਖਰੀਦ ਲਿਆ ਸੀ ਫਟਾਫਟ ਤੇ ਉਹ ਮੈਂ ਲੈ ਕੇ ਆਇਆ ਸੀ ਯੂ ਐਸ ਉਹ ਇੱਕ ਜਗ੍ਹਾ ਤੇ ਮੈਂ ਉਹ ਛੋਟੀ ਜੀ ਬੋਟਲ ਚ ਪਾ ਕੇ ਮੈਂ ਗੱਡੀ ਚ ਰੱਖਿਆ ਸੀ ਤੇ ਇੱਕ ਜਗ੍ਹਾ ਤੇ ਮੈਂ ਗਿਆ ਤੇ ਉੱਥੇ ਉਹ ਲੋਕ ਹਣੀ ਦੀਆਂ ਗੱਲਾਂ ਕਰ ਰਹੇ ਸੀ ਕੋਈ ਮੈਨੇਜਰਸ ਬੈਠੇ ਸੀ ਉਹ ਪਰਚੇਸ ਕਰ ਰਹੇ ਸੀ ਹਣੀ ਨਾ ਉੱਥੇ ਇੱਕ ਹੋਲ ਫੂਡ ਮਾਰਕੀਟ ਹੈ ਯੂ ਐਸ ਚ ਉਹ ਬੜੀ ਆਰਗੈਨਿਕ ਚੀਜ਼ਾਂ ਵੇਚਦੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅਸਲੀ ਹਣੀ ਖਾਧਾ ਕਦੇ ਉਹ ਹੱਸ ਪਏ ਸਾਰੇ ਮੈਂ ਕਹਾਂ ਨਹੀਂ ਕਹਦਾ ਤੁਸੀਂ ਅਸਲੀ ਹਣੀ ਤੁਹਾਨੂੰ ਹਣੀ ਖਿਲਾਵਾ ਮੈਂ ਉਹ ਗੱਡੀ ਚ ਗਿਆ ਚੁੱਕ ਕੇ ਲਿਆ ਮੈਂ ਉਹਨਾਂ ਨੂੰ ਅੱਧਾ ਅੱਧਾ ਚਮਚ ਖਿਲਾਇਆ ਉਹ ਕਹਿੰਦੇ ਅੱਧਾ ਅੱਧਾ ਹੋਰ ਖਲਾ ਮੈਂ ਅੱਧਾ ਅੱਧਾ ਹੋਰ ਖਲਾ ਮੈਨੂੰ ਕਿਹ ਹੋਰ ਵੀ ਮਿਲਣਾ ਕਹਿੰਦੇ ਹਣੀ ਤੁਹਾਡੇ ਕੋਲ ਕਿੰਨਾ ਪਿਆ ਮੈਂ ਕਿਹਾ ਤੁਹਾਨੂੰ ਕਿੰਨਾ ਚਾਹੀਦਾ ਕਹਿੰਦੇ ਸਾਨੂੰ 11000 ਸਟੋਰਸ ਵਾਸਤੇ ਪਰ ਸਟੋਰ 2-200 ਬੋਟਲ ਚਾਹੀਦੀ ਉਹ ਕੋ ਪਤਾ ਨਹੀਂ ਕਿੰਨੇ 10 ਮਿਲੀਅਨ ਦਾ ਕਿੰਨੇ ਦਾ ਬੰਦ ਮੈਂ ਕਿਹਾ ਇੰਨਾ ਨਹੀਂ ਹੈਗਾ ਮੇਰੇ ਕੋਲ ਕਹਿੰਦਾ ਜੀ ਇਹ ਸਾਨੂੰ ਦੇ ਦਿਓ ਹਣੀ ਇਹ ਤੁਸੀਂ ਲਿਆਏ ਕਿੱਥੋਂ ਉਹਦਾ ਡਾਰਕ ਕਲਰ ਬਿਲਕੁਲ ਡਾਰਕ ਐਮਬਰ ਕਲਰ ਯਾਨੀ ਬਲੈਕਿਸ਼ ਐਮਬਰ ਔਰ ਉਹ ਬਲਜੰਦਰ ਉਹ ਜਿਹੜਾ ਚੱਕ ਲੈਂਦਾ ਸੀ ਨਾ ਬੰਦਾ ਉਹਨੂੰ ਬਸ ਉਹ ਪਿੱਛੇ ਪੈ ਜਾਂਦਾ ਸੀ ਕਿ ਮੈਨੂੰ ਇਹ ਹਣੀ ਲਿਆ ਕੇ ਦਿਓ ਡਾਕਟਰ ਸਾਹਿਬ ਮੈਨੂੰ ਯਾਦ ਹੈ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਨਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਮੇਰੇ ਬਾਬਾ ਜੀ ਮੱਖੀਆਂ ਨੂੰ ਧੂਆ ਕਰਕੇ ੜਾ ਦੇਣਾ ਤੇ ਅਸੀਂ ਡਰਦੇ ਆਨੇ ਆਪਣੇ ਉੱਪਰ ਕੱਪੜਾ ਲਪੇਟ ਕੇ ਜਾਣਾ ਕਿਉਂਕਿ ਬਾਕੀ ਦਾ ਕੱਪੜੇ ਆ ਨਾ ਸਾਰਾ ਟੱਕ ਲੈਣਾ ਕਿਤੇ ਮੱਖੀ ਨਾ ਲੜ ਜੇ ਨਾ ਤੇ ਉਹ ਜਦੋਂ ਲਾ ਕੇ ਉਹ ਛੱਜਾ ਲਿਆਉਂਦੇ ਹੁੰਦੇ ਸੀ ਸ਼ਹਿਦ ਦਾ ਤੇ ਉਹ ਭਰਿਆ ਹੋਣਾ ਉਹਨੂੰ ਨਿਚੋੜਨ ਦੇ ਲਈ ਨਿਚੜਨ ਦੇ ਲਈ ਰੱਖ ਦੇਣਾ ਤੇ ਅਸੀਂ ਜਵਾਕ ਹੁੰਦੇ ਸੀ ਤੇ ਅਸੀਂ ਉਂਗਲਾਂ ਲਾ ਲਾ ਕੇ ਉਹਨੂੰ ਖਾਣਾ ਤੇ ਉਹ ਉਦੋਂ ਮਿਲਦੀਆਂ ਚੀਜ਼ਾਂ ਘੱਟ ਹੁੰਦੀਆਂ ਸੀ ਇਦਾਂ ਬੋਤਲਾਂ 'ਚ ਬੰਦ ਹੋ ਕੇ ਹਨੀ ਅਸੀਂ ਬਹੁਤ ਘੱਟ ਖਾਧਾ ਕਿਉਂਕਿ ਪਿੰਡਾਂ 'ਚੋਂ ਆਏ ਆ ਸੋ ਜੋ ਐਕਸਪੈਰੀਮੈਂਟ ਕੀਤੇ ਆ ਨਾ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਉਹ ਵੀ ਜਿਹੜਾ ਫਰੈਸ਼ ਆਰਗੈਨਿਕ ਬਿਨਾ ਕਿਸੇ ਉਹਨੂੰ ਕਹੋ ਕਿ ਗਰਮ ਕੀਤੇਆਂ ਜਾਂ ਕੁਛ ਕੀਤੇਆਂ ਉਹ ਖਾਣ ਦਾ ਜਿਹੜਾ ਨਜ਼ਾਰਾ ਨਾ ਉਹ ਵੱਖਰਾ ਹੀ ਹੈ ਤੇ ਜੇ ਉਹਦਾ ਇੰਨਾ ਵੱਖਰਾ ਨਜ਼ਾਰਾ ਤੇ ਜਿਹੜਾ ਉਹ ਹਨੀ ਆ ਜਿਹੜਾ ਮੈਂ ਦੱਸ ਰਿਆ ਉਹਦਾ ਨਜ਼ਾਰਾ ਕਿੰਨਾ ਹੋਣਾ ਮੈਂ ਤੇ ਸੋਚਦੀ ਆ ਮੈਂ ਹੁਣ ਜਦੋਂ ਕਿਤੇ ਪੰਜਾਬ ਗਈ ਨਾ ਤੇ ਮੈਂ ਜਾ ਕੇ ਮੱਖੀਆਂ ਦੇ ਛੱਜੇ ਲੱਭਣੇ ਆ ਵੀ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਭਾਈ ਜਣੇ ਨਾ ਪਾਕਿਸਤਾਨ ਚ ਉਹਨਾਂ ਨੂੰ ਫੋਨ ਕਰੋ ਉਹਨਾਂ ਨੂੰ ਕਹੋ ਜੇ ਮੈਨੂੰ ਸਵਾਵੀ ਤੋਂ ਹਨੀ ਲੈ ਕੇ ਭੇਜੋ ਅਸਲੀ ਜਿਹੜਾ ਜੰਮਦਾ ਨਹੀਂ ਉਹਨਾਂ ਨੂੰ ਮੈਂ ਅਫਰਾਜ਼ ਭਾਈ ਜਾਨਾ ਕਰੂੰ ਗੱਲ ਮੈਂ ਵੀ ਮੈਨੂੰ ਆ ਹਣੀ ਉਹਨਾਂ ਨੇ ਮੈਨੂੰ ਦੂਜਾ ਕੱਲਿਆ ਸੀਗਾ ਸੈਫਰਨ ਹਾਂ ਸੈਫਰਨ ਮੈਨੂੰ ਉਹਨਾਂ ਨੇ ਸੈਫਰਨ ਕੱਲਿਆ ਅੱਛਾ ਉਹ ਹਣੀ ਜੰਮਦਾ ਨਹੀਂ ਫਿਰ ਮੈਂ ਉਹ ਫ੍ਰਿਜ ਰੱਖ ਦਿੱਤਾ ਉੱਪਰ ਹਫਤਾ ਪੂਰਾ ਪਿਆ ਰਿਆ ਉਹ ਰੁਕ ਗਿਆ ਉੱਥੇ ਜਿੱਥੇ ਇੰਜ ਬੋਟਲ ਚ ਇੰਜ ਟੇੜਾ ਹੋਇਆ ਉੱਥੇ ਰੁਕ ਗਿਆ ਲੇਕਿਨ ਉਹਦਾ ਕ੍ਰਿਸਟਲ ਨਹੀਂ ਬਣਿਆ ਉਹ ਹਣੀ ਮੇਰੇ ਕੋ 5 ਸਾਲ ਰਿਹਾ ਆਖਰੀ ਜਿਹੜਾ ਮੁੱਕਿਆ ਨਾ 5 ਸਾਲਾਂ ਚ ਮੁੱਕਿਆ ਸਾਰੇ ਦੋਸਤਾਂ ਨੂੰ ਹੀ ਖਵਾਇਆ ਵੰਡਿਆ ਵੀ ਉਹ ਐਨਾ ਕਹਾਣੀ ਜਿਹੜਾ ਸੀਗਾ ਉਹ ਵੀ ਉਨ ਜਿਹਾ ਸੀ ਜਿਵੇਂ ਪਹਿਲੇ ਦਿਨ ਸੀਗਾ। ਔਰ ਜਦੋਂ ਮੈਂ ਉਹਨੂੰ ਐਗਰੀਕਲਚਰ ਡਿਪਾਰਟਮੈਂਟ ਤੋਂ ਟੈਸਟ ਕਰਾਇਆ ਨਾ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ 'ਚ ਐਨੇ ਪਰਸੈਂਟ ਫਲਾਣੇ ਫੁੱਲ ਦਾ ਹਨੀ ਹੈ। ਹੂੰ ਐਨੇ ਪਰਸੈਂਟ ਗ੍ਰਾਸ ਗ੍ਰਾਸ ਦਾ ਹਨੀ ਹੈ। ਐਨੇ ਪਰਸੈਂਟ 베ਰੀ ਦਾ ਹਨੀ ਹੈ ਸਾਡੇ 베ਰੀਆਂ ਹੁੰਦੀਆਂ ਨਾ। ਉਹ ਸਭ ਤੋਂ ਮਹਿੰਗਾ ਹਨੀ ਆਪਣਾ ਬੇਰੀਆਂ ਵਾਲਾ ਹੁੰਦਾ ਤੇ ਇਹਨੂੰ ਐਨੇ ਫੋਰਨ ਹਾਈਟ ਤੇ ਗਰਮ ਕੀਤਾ ਗਿਆ ਉਹਨਾਂ ਨੇ ਗਰਮ ਕਰਕੇ ਮੱਖੀਆਂ ਬਾਹਰ ਕੱਢੀਆਂ ਹੋਣੀਆਂ ਨਾ ਉਹ ਮੱਖੀਆਂ ਵਿੱਚ ਹੁੰਦੀਆਂ ਉਹਦੇ ਹਨੀ ਦੇ ਉੱਪਰ ਆ ਜਾਂਦੀਆਂ ਫਿਰ ਉਹਨੂੰ ਵਾਸ਼ ਕਰ ਲੈਂਦੇ ਐਨੇ ਫੋਰਨ ਹਾਈਟ ਤੇ ਐਨੇ ਮਿੰਟ ਇਹਨੂੰ ਗਰਮ ਕੀਤਾ ਗਿਆ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਪੂਰੀ ਰਿਪੋਰਟ ਸੀ ਮੇਰੇ ਕੋਲ ਹੋਏਗੀ ਕਦੀ ਹੱਲੇ ਵੀ ਪਈ ਹੋਏਗੀ ਤੇ ਜੇ ਤੁਸੀਂ ਯਮੇ ਹਨੀ ਖਾਣਾ ਹੈ ਤੇ ਮੈਕਾਡੇਮੀਆ ਤੇ ਜੇ ਤੁਹਾਨੂੰ ਕੈਂਸਰ ਦਾ ਇਲਾਜ ਕਰਨਾ ਹੈ ਤੇ ਫਿਰ ਉਹਦਾ ਵੀ ਇੱਕ ਕਹਾਣੀ ਹੈਗਾ ਉਹਦਾ ਨਾਮ ਹੈ ਹੈਥਰ ਹਨੀ ਅੱਛੀ ਉਹਨਾਂ ਦਾ ਕੀ ਫਰਕ ਪੈਂਦਾ T H E R ਜਿਹੜੇ ਇਮਿਊਨ ਸਿਸਟਮ ਹਨਾ ਸੈੱਲ ਸਿਸਟਮ ਆ ਸਰਦਕ ਉਸ ਸੈੱਲ ਜਦੋਂ ਡੈਮੇਜ ਹੋ ਜਾਂਦੇ ਨੇ ਉਹਨੂੰ ਹੀ ਅਸੀਂ ਕੈਂਸਰ ਕਹਿੰਦੇ ਆ ਉਹ ਕੈਂਸਰ ਦਾ ਇਲਾਜ ਕਰਦਾ ਬਹੁਤ ਸਾਰੇ ਲੋਗਾਂ ਦੇ ਉਹ ਕਹਿੰਦੇ ਨੇ ਸਾਨੂੰ ਆਟੋ ਇਮਿਊਨ ਡਿਜ਼ੀਜ਼ ਤੁਸੀਂ ਸੁਣਿਆ ਉਹਨਾਂ ਨਾਮ ਇਹਦਾ ਬਿਲਕੁਲ ਸੁਣਿਆ ਜਿਹੜੇ ਆਟੋ ਇਮਿਊਨ ਡਿਜ਼ੀਜ਼ ਵਾਲੇ ਪੇਸ਼ੈਂਟ ਆ ਉਹਨਾਂ ਦਾ ਇਲਾਜ ਹੈ 7 ਰਹਣੀਆਂ ਅੱਧਾ ਚਮਚ ਬਸ ਰੋਜ਼ ਕੈਂਸਰ ਵਾਲੇ ਪੇਸ਼ੈਂਟ ਨੂੰ ਤੁਸੀਂ ਅੱਧਾ ਚਮਚ ਸਵੇਰ ਅੱਧਾ ਚਮਚ ਦੁਪਹਿਰ ਅੱਧਾ ਚਮਚ ਸ਼ਾਮ ਹਨੀ ਦਾ ਜਨਾ ਸ਼ੁਰੂ ਕਰਦੇ ਹੋ ਨਾ ਰੋ ਜਿਹੜਾ ਸੀ ਕੈਂਸਰ ਦਾ ਇਲਾਜ ਦੱਸਿਆ ਹੋਇਆ ਹੈ 올ਿਵ ਆਇਲ ਤੇ ਉਹ ਉਬਾਲ ਕੇ ਉਹਦੇ ਹਲਦੀ ਦੇ ਨਾਲ ਜਿਹੜਾ ਤੁਹਾਨੂੰ ਦੱਸਿਆ ਹੈ ਉਹ ਸ਼ੁਰੂ ਕਰੋ ਤੇ ਕੈਂਸਰ 'ਚ ਖਾਸਾ ਬੈਨੀਫਿਟ ਹੋਏਗਾ ਫਿਰ ਇਹਦਾ ਹਾਰਟ ਨੂੰ ਬਹੁਤ ਫਾਇਦਾ ਹੈ ਹੈਲਥਰੀ ਹਨੀ ਦਾ H E A T H E R ਲਬਲੋ ਕੀ ਤੋਂ ਹੈਲਥਰ ਫਲਾਵਰ ਹਨੀ ਅੱਛਾ ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਆ ਹਨੀ ਦੀ ਇੱਕ ਨਾਰਮਲ ਇਨਸਾਨ ਹੈ ਮੰਨ ਲਓ ਉਹਨੂੰ ਕੋਈ ਇੰਨੀਆਂ ਹੈਲਥ ਦੇ ਇਸ਼ੂਜ਼ ਹੈ ਨਹੀਂ ਗੀ ਇੰਨੀਆਂ ਉਹਨੂੰ ਕੋਈ ਪ੍ਰੋਬਲਮਸ ਹੈ ਨਹੀਂ ਗੀ ਤੇ ਇਹ ਜਿਹੜਾ ਤੁਸੀਂ ਹਣੀ ਦੱਸ ਰਹੇ ਹੋ ਉਹ ਵੈਸੇ ਹੀ ਖਾਣਾ ਸ਼ੁਰੂ ਕਰ ਦੋਵੇ ਆਮ ਸਾਈਡ ਇਫੈਕਟ ਤਾਂ ਕਦੇ ਵੀ ਕਿਸੇ ਹਣੀ ਦਾ ਨਹੀਂ ਹੋਇਆ ਬੈਨੀਫਿਟ ਹੀ ਹੋਵੇ ਹਣੀ ਦਾ ਨਹੀਂ ਸਾਈਡ ਇਫੈਕਟ ਹੁੰਦਾ ਬਿਲਕੁਲ ਨਹੀਂ ਹੁੰਦਾ ਹਣੀ ਦਾ ਸਾਈਡ ਇਫੈਕਟ ਜਿਹੜੇ ਲੋਕ ਡਾਇਬੀਟਿਸ ਹੈ ਜਿਨ੍ਹਾਂ ਨੂੰ ਉਹ ਵੀ ਖਾ ਸਕਦੇ ਆ ਉਹ ਖਾ ਸਕਦੇ ਹੋ ਘੱਟ ਕੁਆਂਟੀਟੀ ਚ ਖਾਣਾ ਦੇਖੋ ਡਾਇਬੀਟਿਸ ਵਾਲਾ ਰੋਟੀ ਚ ਵੀ ਤੇ ਮਿੱਠਾ ਖਾ ਰਿਆ ਹੈ ਨਾ ਬਾਕੀ ਚੀਜ਼ਾਂ ਵਿੱਚ ਵੀ ਤੇ ਮਿੱਠਾ ਖਾ ਰਿਆ ਨਾ ਜਿਵੇਂ ਤੁਸੀਂ ਹੁਣ ਕੱਲ ਪਿੰਨੀਆਂ ਡਾਇਬਟੀਜ਼ ਵਾਲੀਆਂ ਖਜੂਰਾਂ ਵਾਲੀਆਂ ਖਵਾ ਰਹੇ ਸੋ ਉਹ ਵੀ ਤਾਂ ਮਿੱਠਾ ਖਾ ਰਿਆ ਨਾ ਤੇ ਜੇ ਉਹ ਅੱਧਾ ਚਮਚ ਹਣੀ ਖਾ ਲੇਗਾ ਤੇ ਉਹਨੂੰ ਡਾਇਬਟੀਜ਼ ਤੇ ਵੈਸੀ ਬੈਨੀਫੀਸ਼ੀਅਲ ਹੋਏਗਾ ਉਹਦੇ ਹੋਰ ਮਸਲੇ ਹੱਲ ਹੋਣਗੇ ਦੇਖੋ ਅਗਰ ਤੁਹਾਨੂੰ ਨੀਂਦ ਦਾ ਮਸਲਾ ਹੈ ਡਾਇਬਟੀਜ਼ ਵਾਲੇ ਨੂੰ ਨੀਂਦ ਦਾ ਮਸਲਾ ਹੁੰਦਾ ਤੁਹਾਡਾ ਤੁਹਾਡਾ ਖੂਨ ਲੋ ਹੈ ਐਨੀਮੀਆ ਦਾ ਮਸਲਾ ਹੈ ਤੇ ਹਣੀ ਹਣੀ ਐਨੀਮੀਆ ਨੂੰ ਦੂਰ ਕਰਨ ਵਾਸਤੇ ਬੈਸਟ ਚੀਜ਼ ਹੈ ਉਹਦੇ ਚ ਵੀ ਇੱਕ ਕਹਾਣੀ ਦੀ ਕਿਸਮ ਹੈ ਉਹਨੂੰ ਕਹਿੰਦੇ ਨੇ ਐਵੋਕਾਡੋ ਹਣੀ ਜਿਹੜਾ ਐਵੋਕਾਡੋ ਦਾ ਦਰਖਤ ਨੇ ਉਹਨੂੰ ਉਦੋਂ ਤੋਂ ਜਿਹੜਾ ਹਣੀ ਉਸ ਬਾਗ ਚ ਜਾ ਕੇ ਉਹ ਜਿਹੜੇ ਉਹਨਾਂ ਨੇ ਡੱਬੇ ਰੱਖੇ ਹੁੰਦੇ ਤੇ ਉਹਦੇ ਤੋਂ ਜਿਹੜਾ ਹਣੀ ਮੱਖੀ ਲੈ ਕੇ ਆਏਗੀ ਉਹ ਐਨੀਮੀਆ ਦਾ ਇਲਾਜ ਆ ਜਿਹਨੂੰ ਅਸੀਂ ਆਇਰਨ ਦੀ ਕਮੀ ਕਹਿੰਦੇ ਨੇ ਹਿਮੋਗਲੋਬਿਨ ਘਟਾ ਤੁਹਾਡਾ ਤੁਹਾਡਾ ਖੂਨ ਨਹੀਂ ਬਣ ਰਿਹਾ ਰੈੱਡ ਬਲੱਡ ਸੈਲਸ ਘਟਾ ਤੁਸੀਂ ਅੱਧਾ ਚਮਚ ਉਹ ਐਵੋਕਾਡੋ ਹਣੀ ਮਗਾ ਕੇ ਰੋਜ਼ ਦੋ ਵਾਰੀ ਖਾਓ ਤੁਹਾਡਾ ਖੂਨ ਪੂਰਾ ਹੋ ਜਾਏਗਾ ਰੰਗ ਲਾਲ ਜਾਂ ਜੰਝੇ ਹੋ ਜਾਏਗਾ ਗੁਲਾਬੀ ਕੀ ਬਾਤ ਹੈ ਦੇਖੋ ਕਿੰਨੀਆਂ ਕਿਸਮਾਂ ਦੇ ਆਣੇ ਨੇ ਫਿਰ ਤੁਹਾਨੂੰ ਫਲੋ ਹੋ ਜਾਂਦਾ ਬੱਚਿਆਂ ਨੂੰ ਅਕਸਰ ਫਲੋ ਹੋ ਜਾਂਦਾ ਜਿਹੜਾ ਅਸੀਂ ਡਿਸਕਸ ਕੀਤਾ ਸੀ ਕਿ 1 ਸਾਲ ਤੱਕ ਦੇ ਬੱਚੇ ਨੂੰ ਨਹੀਂ ਦੇਣਾ ਉਸ ਤੋਂ ਵੱਡੇ ਨੂੰ ਤੁਸੀਂ ਦੇ ਸਕਦੇ ਹੋ ਫਲੋ ਵਾਸਤੇ ਇੱਕ ਸਪੈਸ਼ਲ ਹਾਨੀ ਹੈ ਯੋਕਲਿਪਟਸ ਹਣੀ ਕਹਿੰਦੇ ਆ ਸਫੈਦ ਦੇ ਦਰਖਤ ਜਿਹੜਾ ਹੁੰਦਾ ਆ ਆਸਟ੍ਰੇਲੀਆ ਚ ਇਹ ਹਣੀ ਆਂਦਾ ਉੱਥੋਂ ਮੰਗਾ ਲਓ ਜਾਂ ਵੈਸੇ ਆਨਲਾਈਨ ਮਿਲ ਜਾਏਗਾ ਮੇਰੇ ਖਿਆਲ ਚ ਪੰਜਾਬ ਚ ਵੀ ਇਸ ਪੈਦੇ ਬਹੁਤ ਵਿਜੇ ਜਾਂਦੀ ਆ ਪਪੂਲਰ ਜਿਹਨਾਂ ਨੂੰ ਕਹਿੰਦੇ ਆ ਨਹੀਂ ਪਪੂਲਰ ਹੋਰ ਆ ਸਫੈਦਾ ਹੋਰ ਹੁੰਦੇ ਆ ਯੋਕਲਿਪਟਸ ਜਿਹੜਾ ਉਹ ਜਿਹੜਾ ਮੈਂਥੋਲ ਟਾਈਪ ਪੱਤਾ ਹੁੰਦਾ ਉਹ ਪੱਤੇ ਨੂੰ ਅਗਰ ਸੁੰਘੋ ਤੇ ਉਹਦੇ ਨਾਲ ਵੀ ਤੁਹਾਡਾ ਦੂਰ ਹੁੰਦਾ ਫਲੂ ਤੇ ਜਿੰਨੋ ਵੀ ਫਲੂ ਜਾਂ ਕਫ ਹੈ ਕਫ ਨਹੀਂ ਹਟਦੀ ਅਕਸਰ ਲੋਕ ਆਂਦੇ ਸਾਡੇ ਕੋਲ ਫੈਦੇ ਦੇ ਪੱਤਿਆਂ ਦਾ ਪਾਣੀ ਬੋਇਲ ਕਰਕੇ ਵਿੱਚ ਥੋੜਾ ਜਿਹਾ ਹਨੀ ਪਾ ਕੇ ਪੀਣਨਾ ਵੀ ਕਹਿੰਦੇ ਖਾਂਗ ਟਿਕ ਹੋਏ ਚਲ ਜੋ ਸਫੈਦੇ ਦੇ ਪੱਤਿਆਂ ਦਾ ਹਨੀ ਹੀ ਮਿਲ ਜਾਂਦਾ ਅੱਛਾ ਜੀ ਯੂਕਲਿਪਟਸ ਹਨੀ ਉਹਦਾ ਨਾਮ ਹੈ ਯੂਕਲਿਪਟਸ ਹਨੀ ਤੇ ਉਹ ਤੁਸੀਂ ਅੱਧਾ ਚਮਚ ਰੋਜ਼ ਪੀਣਾ ਸ਼ੁਰੂ ਕਰਦੇ ਹੋ ਤੇ ਤੁਹਾਡੀ ਕਫ ਜਿਹੜੀ ਸਦੀਆਂ ਦੀ ਕਿਤੇ ਕਾਫੀ ਨਹੀਂ ਹਟ ਰਹੀ ਕਈਆਂ ਲੋਕਾਂ ਦੀ ਉਹ ਕਫ ਖਤਮ ਹੋ ਜਾਂਦੀ ਹੈ ਕਫ ਦਾ ਬੈਸਟ ਇਲਾਜ ਹੈ ਯੂਕਲਿਪਟਸ ਹਨੀ ਮੈਨੂੰ ਯਾਦ ਹੈ ਮੇਰੇ ਬੇਟੇ ਨੂੰ ਇੰਡੀਆ ਸੀ ਪੰਜਾਬ ਗਏ ਸੀ ਤੇ ਉਹਨੂੰ ਖਾਂਗਬੋਹ ਹੋ ਗਈ ਸੀ ਤੇ ਸਾਨੂੰ ਉੱਥੇ ਕਿਸੇ ਹੋਮੋਪੈਥਿਕ ਡਾਕਟਰ ਨੇ ਸਫੈਦੇ ਦੇ ਪੱਤੇਆਂ ਨੂੰ ਬੋਇਲ ਕਰਕੇ ਤੇ ਵਿੱਚ ਹੰਨੀ ਦਾ ਚਮਚਾ ਪਾ ਕੇ ਪਿਆਇਆ ਸੀ ਉਹ ਬਣਾ ਕੇ ਦਿੱਤਾ ਸੀ ਤੇ ਉਹ ਪੀਣ ਦੇ ਨਾਲ ਉਹਦੀ ਖੰਗ ਨੂੰ ਬੜਾ ਆਰਾਮ ਆ ਗਿਆ ਸੀ ਤੇ ਬੜੀਆਂ ਕਿਸਮਾਂ ਹੰਨੀ ਦੀਆਂ ਮੇਰੇ ਖਿਆਲ ਚ ਤਾਂ ਜੇ ਅਸੀਂ ਗਿਣਨ ਲੱਗੀਏ ਤੇ ਇਹ ਤੇ ਇੱਕ ਹੋਰ ਸ਼ੋ ਚਾਹੀਦਾ ਇੱਕ ਡੈਂਡੇਲੀਅਨ ਹੰਨੀ ਹੁੰਦਾ ਜਿਹਨਾਂ ਲੋਕਾਂ ਨੂੰ ਇਮਿਊਨ ਸਿਸਟਮ ਦਾ ਪ੍ਰੋਬਲਮ ਹੈ ਇਮਿਊਨ ਸਿਸਟਮ ਅਕਸਰ ਲੋਕਾਂ ਦਾ ਵੀਕ ਹੁੰਦਾ ਤਾਂ ਰ ਕੋਲੇ ਕਿੰਨੇ ਲੋਕ ਆਂਦੇ ਨੇ ਵੈਕਸੀਨ ਤੋਂ ਬਾਅਦ ਬੜੇ ਲੋਕ ਆ ਕੇ ਕਹਿੰਦੇ ਨੇ ਕਿ ਸਾਡਾ ਇਮਿਊਨ ਸਿਸਟਮ ਵੀਕ ਹੋ ਗਿਆ ਤੇ ਉਹਦੇ ਵਾਸਤੇ ਡੈਂਡੇਲੀਅਨ ਹਨੀ ਮੰਗਵਾ ਲੋ ਡੀ ਏ ਐਨ ਡੀ ਈ ਐਲ ਆਈ ਓ ਐਨ ਡੈਂਡੇਲੀਅਨ ਹਨੀ ਉਹ ਅੱਧਾ ਚਮਚਾ ਲੋ ਰੋਜ਼ਾਨਾ ਉਹ ਇਮਿਊਨ ਸਿਸਟਮ ਚਾ ਇਹ ਤੇ ਹੋ ਗਿਆ ਕਿ ਜਿਹੜੀਆਂ ਜਿਹੜੀਆਂ ਬਿਮਾਰੀਆਂ ਤੁਹਾਨੂੰ ਉਹਦੇ ਅਕੋਰਡਿੰਗ ਹਨੀ ਤੁਸੀਂ ਕਿਹੜਾ ਕਿਹੜਾ ਖਾ ਸਕਦੇ ਆ ਪਰ ਮਨੂਕਾ ਹਨੀ ਤਾਂ ਸਾਰੇ ਖਾ ਸਕਦੇ ਸਾਰੇ ਖਾ ਸਕਦੇ ਉਹ ਉਹ ਤਾਂ ਕੋਈ ਬਿਮਾਰੀ ਬੈਰੀ ਹਨੀ ਸਾਰੇ ਖਾ ਸਕਦੇ ਆਪਣਾ ਜਿਹੜਾ 베ਰੀ ਦਾ ਹਨੀ ਹੁੰਦਾ ਨਾ ਆਪਣੇ ਮੁਲਕਾਂ ਚ ਇੱਥੇ ਤੇ ਬਲੂ 베ਰੀ ਤੇ ਦੂਸੀਆਂ 베ਰੀਆਂ ਨੇ ਨਾ ਉੱਥੇ ਜਿਹੜਾ ਆਪਣੇ ਬੇਰ ਜਿਹਨੂੰ ਕਹਿੰਦੇ ਬੇਰ ਵਾਲਾ ਉੱਥੇ ਉਹ ਬੇਰ ਦਾ ਹਣੀ ਹੁੰਦਾ ਉਹ ਸਭ ਤੋਂ ਪੈਂਗਾ ਹਣੀ ਉਹ ਹੈ ਅਗਰ ਉਹ ਅਸਲੀ ਲੱਭ ਜਾਏ ਫਿਰ ਹਣੀ ਦੀ ਪਹਿਚਾਨ ਤੁਸੀਂ ਕਰ ਲਓ ਆਪ ਉਹੀ ਅੰਗੂਠੇ ਵਾਲਾ ਕਰ ਲਓ ਉਹਦੇ ਤੇ ਇੱਕ ਡ੍ਰੌਪ ਸੁੱਟੋ ਤੇ ਉਹਨੂੰ ਇੰਜ ਲੈ ਕੇ ਬੈਠੇ ਰਹੋ 10 ਮਿੰਟ ਜੇ ਤੇ ਉਹ ਪਿਗਲ ਕੇ ਧਰ-ਧਰ ਹੋ ਜਾਵੇ ਤਾਂ ਫਿਰ ਤੇ ਉਹ ਸਾਨੀ ਨੂੰ ਨਾਲ ਲਵੋ ਤੇ ਜੇ ਹੁਣ ਜੀ ਪਿਆਰ ਹੋਵੇ ਤੇ ਫਿਰ ਉਹ ਹਣੀ ਉਹ ਖਾਣਾ ਸ਼ੁਰੂ ਕਰ ਦਿਓ ਨਹੀਂ ਜੀ ਉਹ ਮੈਲਟ ਹੋ ਕੇ ਨਹੀਂ ਗਿਆ ਤੇ ਨਹੀਂ ਡਿਗਿਆ ਇਦਾਂ ਥੱਲੇ ਤੇ ਫਿਰ ਉਹ ਉਹ ਰੀਅਲ ਆ ਤੇ ਜੇ ਉਹ ਮੈਲਟ ਹੋ ਕੇ ਇੱਧਰ ਉੱਧਰ ਚਲੇ ਗਿਆ ਤੇ ਫਿਰ ਉਹ ਰੀਅਲ ਇੱਕ ਗਲਾਸ ਪਾਣੀ ਲਵੋ ਉਹਦੇ ਚ ਹਣੀ ਇੰਜ ਡਿਗਣਾ ਡਿਗਣਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਹਣੀ ਡਿਗੋਗੇ ਇੱਕ ਤੇ ਉਹ ਇੰਜ ਇੰਜ ਡਿਗੇਗਾ ਇੰਜ ਸਿੱਧਾ ਨਹੀਂ ਦਿਖੇਗਾ ਉਹ ਇੰਜੇ ਡਿਗਦਾ ਜਾਏਗਾ ਡਿਗਦਾ ਜਾਏਗਾ ਜਿੱਥੇ ਡਿਗੇਗਾ ਗਲਾਸ ਚ ਉੱਥੇ ਹੀ ਪਿਆ ਰਹੇਗਾ ਉਹਨੂੰ ਹਲਾਓ ਨਾ ਉਹ ਉੱਥੇ ਹੀ ਪਿਆ ਰਹੇਗਾ ਸੁਬਾਹ ਤੱਕ ਦੇਖੋ ਉੱਥੇ ਹੀ ਪਿਆ ਹੋਏਗਾ ਤੇ ਜਿਹੜਾ ਮਿੱਠੇ ਦਲ ਬਣਿਆ ਹੋਇਆ ਹਣੀ ਹੋਏਗਾ ਉਹ ਗਲਾਸ ਚ ਫੈਲ ਗਿਆ ਹੋਏਗਾ ਸੁਬਾਹ ਤੱਕ ਇਹ ਵੀ ਇਹਦੀ ਦੂਸਰੀ ਪਛਾਣ ਹੈ ਫਿਰ ਤੁਸੀਂ ਬੋਤਲ ਹੈਨੀ ਦੀ ਉਹਨੂੰ ਬੋਤਲ ਨੂੰ ਉਲਟਾ ਕਰਕੇ ਰੱਖ ਦਿਓ ਮੈਂ ਕੱਪ ਤੋਂ ਡੋਲਟਾ ਕਰਨ ਲੱਗਾ ਸੀ ਬੋਤਲ ਨੂੰ ਉਲਟਾ ਕਰਕੇ ਰੱਖ ਦਿਓ ਤੇ ਉਹ ਜਦੋਂ ਹਣੀ ਦਿਖੇਗਾ ਤਾਂ ਇੱਕ ਤਾਰ ਬਣਾਈਗਾ ਇਸ ਤਰ੍ਹਾਂ ਹੂੰ ਜੇ ਤੇ ਉਹਦੀ ਤਾਰ ਕੰਟੀਨਿਊਸ ਬੰਦੀ ਹੀ ਰਵੇ ਬੰਦੀ ਰਵੇ ਆਖਰੀ ਡ੍ਰੌਪ ਤੱਕ ਵੀ ਬੰਦੀ ਰਵੇ ਤੇ ਉਹ ਅਸਲੀ ਹੈ ਤੇ ਜੇ ਉਹ ਟੁੱਟ ਜਾਏ ਬਨ ਗਈ ਟੁੱਟ ਗਈ ਬਨ ਗਈ ਉਹ ਫਿਰ 90% ਅਸਲੀ ਹੈ ਜਣੀ ਜੇ ਕਿਸੇ ਕੋ ਹੁਣ ਅੱਧੀ ਬੋਟਲ ਵੀ ਪਈ ਹੈਗੀ ਆ ਏਡੀ ਬੋਟਲ ਆ ਹੁਣ ਇੰਨੀ ਰਹਿ ਗਈ ਤੇ ਉਹਦੇ ਦਿਲ ਚ ਆਵੇ ਕਿ ਅੱਜ ਮੈਂ ਡਾਕਟਰ ਸਾਹਿਬ ਦਾ ਸ਼ੋਅ ਦੇਖਿਆ ਮੈਂ ਦੇਖਾਂ ਕਿ ਮੇਰੇ ਕੋ ਹਣੀ ਰੀਅਲ ਆ ਜਾਂਏ ਕਿ ਨਕਲੀ ਆ ਜਾਂ ਅਸਲੀ ਆ ਤੇ ਉਹ ਬੋਟਲ ਨੂੰ ਪੁੱਠੀ ਕਰ ਦੇਵੇ ਜੋ ਜਿਹੜਾ ਉਹ ਡਿਗੇ ਦਾ ਡ੍ਰੌਪ ਜੇ ਤੋ ਬਣਦੀ ਹੈਗੀ ਆ ਤਾਰ ਤੇ ਠੀਕ ਐ ਉਹ ਸਹੀ ਐ ਤੇ ਜੇ ਉਹ ਬਣ ਗਈ ਜਾਂ ਟੁੱਟ ਗਈ ਜਾਂ ਇੱਕਦਮ ਹੀ ਡਿਗ ਪਿਆ ਤੇ ਫਿਰ ਉਹ ਨਕਲੀ ਐ ਕਿਹਾ ਉਹ ਆ ਤੇ ਡਾਕਟਰ ਸਾਹਿਬ ਕਿੰਨੇ ਤਿਆਰ ਵੀ ਐ ਕਿ ਬੱਕਵੀਟ ਹਣੀ ਹੁੰਦਾ ਇੱਕ ਬੱਕਵੀਟ ਫਲਾਵਰ ਹੁੰਦਾ ਉਹਦੇ ਤੋਂ ਹਣੀ ਬਣਦਾ ਫਿਰ ਇੱਕ ਸੇਜ ਹਣੀ ਹੁੰਦਾ ਪਾਸਟ ਨੇ ਡਿਸਕਸ ਕੀਤਾ ਸੀਗਾ ਸੇਜ ਹਣੀ ਪਤਲਾ ਹੁੰਦਾ ਜਰਾ ਔਰ ਉਹ ਲਾਈਟ ਕਲਰ ਚ ਵੀ ਹੁੰਦਾ ਤੇ ਹਣੀ ਦੀ ਐ ਤਾਂ ਬੜੀਆਂ ਕਿਸਮਾਂ ਐ ਇੱਕ orange blossom ਹਣੀ ਹੁੰਦਾ ਉਹ ਤਿੱਖਾ ਤਿੱਖਾ ਜਰਾ ਖੱਟਾ ਖੱਟਾ ਫੀਲ ਹੁੰਦਾ ਉਹ ਵੀ ਬੜਾ ਜ਼ਬਰਦਸਤ ਹਾਨੀ ਹੈ ਉਹ ਵੀ ਕਫ ਲਈ ਸੀਨੇ ਲਈ ਜਿਨ੍ਹਾਂ ਨੂੰ ਲੰਗਸ ਦਾ ਪ੍ਰੋਬਲਮ ਆ ਉਹਨਾਂ ਲਈ ਹਾਨੀ ਨੇ ਤੇ ਇੰਨੀਆਂ ਕਿਸਮਾਂ ਸਰ ਸਾਹਿਬ ਮੈਨੂੰ ਲੱਗਦਾ ਇਹਦੇ ਤੇ ਤਾਂ ਕਈ ਐਪੀਸੋਡ ਚੱਲਣਗੇ ਪਰ ਸਾਡਾ ਸਮਾਂ ਕਹਿ ਰਿਹਾ ਕਿ ਹੁਣ ਅਸੀਂ ਚਲੀ ਜਾਈਏ ਤੇ ਹਾਨੀ ਹਾਨੀ ਕਰਦੇ ਇੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੋਂ ਤੇ ਇੱਕ ਵਧੀਆ ਮਿੱਠੀ ਜੀ ਗੱਲ ਵੀ ਦੱਸ ਦਿਓ ਆ ਉਸ ਦਿਨ ਅਸੀਂ ਗੱਲ ਕੀਤੀ ਸੀ ਕਿ ਲੋਕਾਂ ਦੀ ਖੈਰ ਮੌਜੂਦਗੀ 'ਚ ਉਹਨਾਂ ਨੂੰ ਜ਼ਿਆਦਾ ਅੱਛੀ ਤਾਰੀਫ਼ ਕਰਿਆ ਕਰੋ ਬਜਾਏ ਮੌਜੂਦਗੀ ਨਾਲ ਉਹਦੇ ਨਾਲ ਰਿਲੇਟਡ ਇੱਕ ਹੋਰ ਗੱਲ ਹੈ ਕਿ ਇੱਕ ਬੰਦਾ ਤੁਹਾਡਾ ਰਿਸ਼ਤੇਦਾਰ ਹੈ دوست ਹੈ ਜਾਣਨ ਵਾਲਾ ਹੈ ਮਿਲਣ ਵਾਲਾ ਹੈ ਜਾਂ ਕੋਈ ਵੀ ਹੈ ਤੁਹਾਡੇ ਨਾਲ 100 ਨੇਕੀਆਂ ਕਰਦਾ ਇੱਕ ਦਿਨ ਉਹ ਇੱਕ ਬੁਰਾਈ ਕਰ ਬਿੰਦਾ ਉਹ ਕਰਨਾ ਚਾਹਦਾ ਨਹੀਂ ਲੇਕਿਨ ਹੋ ਜਾਂਦੀ ਹੈ ਤੁਸੀਂ ਉਹਦੀਆਂ 100 ਨੇਕੀਆਂ ਚੁੱਕ ਕੇ ਸਾਈਡ ਤੇ ਰੱਖ ਦਿੰਦੇ ਹੋ ਤੇ ਉਹਦੀ ਇੱਕ ਬੁਰਾਈ ਦੀ وجہ ਨਾਲ ਉਹਦੇ ਨਾਲ ਤਲਕਾਤ ਖਤਮ ਕਰ ਦਿੰਦੇ ਹੋ ਜਾਂ ਖਰਾਬ ਕਰ ਦਿੰਦੇ ਹੋ ਇਨਸਾਨ ਇਨਸਾਨ ਅਫ੍ਰਿਸ਼ਤਾ ਨਹੀਂ ਹਰ ਇਨਸਾਨ ਕੋਲ ਗਲਤੀ ਹੁੰਦੀ ਹੈ ਤੁਹਾਡੇ ਮੇਰੇ ਉਹਦੇ ਕੋਲ ਉਹਦੇ ਕੋਲ ਸਭ ਕੋ ਹੁੰਦੀ ਪੈਣਾ ਪਰਾਵਾਂ ਕੋ ਵੀ ਹੁੰਦੀ ਰਿਸ਼ਤੇਦਾਰਾਂ ਕੋ ਵੀ ਹੁੰਦੀ ਜੇ ਤੁਹਾਡੇ ਕੋਲ 100 ਨੇਕੀਆਂ ਹਨ ਉਹ ਜਿੰਨੀ ਜਿਹਦੀ ਤਾਦਾਦ ਜ਼ਿਆਦਾ ਉਹਨਾਂ ਨੂੰ ਵੇਟਜ ਦਿਓ ਉਹਨੂੰ ਸਾਹਮਣੇ ਰੱਖੋ ਤੇ ਉਹਦੀ ਇੱਕ ਬੁਰਾਈ ਨੂੰ ਭੁੱਲ ਜਾਓ ਕੀ ਬਾਤ ਹੈ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਸਮਾਂ ਦੇਣ ਦੇ ਲਈ ਖਿਆਲ ਰੱਖਿਓ ਜੀ ਥੈਂਕ ਯੂ